ਦੋਸਤੋ ਟੀਵੀ ਸਕੂਲ ਦੇ ਪ੍ਰੋਗਰਾਮ ਖਾਸ ਗੱਲਬਾਤ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਵਿੱਚ ਆਪਾਂ ਸਿੱਖਿਆ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹਾਂ ਅਤੇ ਉਹਨਾਂ ਦਾ ਹੱਲ ਲੱਭਣ ਦਾ ਯਤਨ ਕਰਦੇ ਹਾਂ। ਪਿਛਲੀ ਵਾਰ ਆਪਾਂ ਸਾਇੰਸ ਦੀ ਪੜ੍ਹਾਈ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ ਸੀ, ਉਹਦੇ ਨਾਲ ਜੁੜੇ ਵਪਾਰ ਬਾਰੇ ਗੱਲ ਕੀਤੀ ਸੀ। ਸੋ ਇਸ ਵਾਰ ਅਸੀਂ ਕਰਾਂਗੇ ਇੱਕ ਬਹੁਤ ਹੀ ਮਹੱਤਵਪੂਰਨ ਕਾਨੂੰਨ ਜਿਹੜਾ 2009 ਵਿੱਚ ਇੰਡੀਅਨ ਪਾਰਲੀਮੈਂਟ ਨੇ ਪਾਸ ਕੀਤਾ, ਰਾਈਟ ਟੂ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ। ਸੋ ਇਹ ਸਿੱਖਿਆ ਅਧਿਕਾਰ ਕਾਨੂੰਨ ਕੀ ਹੈ, ਇਹਦੀਆਂ ਕਿਹੜੀਆਂ ਕਿਹੜੀਆਂ ਮੁੱਖ ਗੱਲਾਂ ਹੈਗੀਆਂ, ਇਹ ਕਿੰਨਾ ਕੁ ਲਾਗੂ ਹੋਇਆ, ਕਿੰਨਾ ਕੁ ਨਹੀਂ ਲਾਗੂ ਹੋਇਆ, ਸੋ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਦਰਮਿਆਨ ਇੱਕ ਸੋਸ਼ਲ ਐਕਟੀਵਿਸਟ, ਰਾਜਨੀਤਿਕ ਕਾਰਕੁਨ, ਉਤਸ਼ਾਹੀ ਨੌਜਵਾਨ ਵਕੀਲ ਪਰਮਵੀਰ ਸਿੰਘ ਐਡਵੋਕੇਟ ਸ਼ਾਮਿਲ ਹੈ। ਪਰਮਵੀਰ ਜੀ ਤੁਹਾਡਾ ਸਵਾਗਤ ਹੈ। ਥੈਂਕ ਯੂ ਸਰ। ਸੋ ਇਹਨਾਂ ਤੋਂ ਆਪਾਂ ਇਸ ਐਕਟ ਬਾਰੇ ਪੁੱਛਾਂਗੇ ਵੀ ਇਹ ਐਕਟ ਕੀ ਹੈ, ਇਹਦੇ 'ਚ ਕਿਹੜੀਆਂ ਕਿਹੜੀਆਂ ਧਾਰਾਵਾਂ ਹੈਗੀਆਂ, ਇਹਦੇ 'ਚ ਬੱਚਿਆਂ ਨੂੰ ਕੀ ਸਹੂਲਤਾਂ ਦਿੱਤੀਆਂ ਗਈਆਂ। ਸੋ ਚਲੋ ਆਪਾਂ ਸ਼ੁਰੂ ਕਰਦੇ ਹਾਂ ਗੱਲਬਾਤ। ਸੋ ਪਰਮਵੀਰ ਜੀ, ਸਭ ਤੋਂ ਪਹਿਲਾਂ ਇਹ ਦੱਸੋ ਵੀ ਇਹ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਹੈ ਜੀ, ਇਹ ਕੀ ਹੈ, ਇਹਦਾ ਇਹਨੂੰ ਬਣਾਉਣ ਦਾ ਮਕਸਦ ਕੀ ਸੀਗਾ, ਕਿਉਂਕਿ ਸਾਡੇ ਸੰਵਿਧਾਨ ਵਿੱਚ ਰਾਈਟ ਟੂ ਐਜੂਕੇਸ਼ਨ ਐਕਟ ਇੱਕ ਪਹਿਲਾਂ ਹੀ ਅਧਿਕਾਰ ਦਿੱਤਾ ਹੋਇਆ। ਸੋ ਇਹ ਕਾਨੂੰਨ ਜਿਹੜਾ, ਇਹਦੇ ਬਣਾਉਣ ਦੀ ਕੀ ਲੋੜ ਪਈ, ਕੀ ਇਹਦਾ ਮਕਸਦ ਕੀ ਸੀਗਾ ਬਣਾਉਣ ਦਾ? ਡਾਕਟਰ ਸਾਹਿਬ, ਦ ਰਾਈਟ ਆਫ ਚਿਲਡਰਨ ਟੂ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ 2009, ਇਹ 26 ਅਗਸਤ 2009 ਨੂੰ ਪਾਸ ਕੀਤਾ ਗਿਆ ਅਤੇ 1 ਅਪ੍ਰੈਲ 2010 ਤੋਂ ਇਹ ਲਾਗੂ ਹੋ ਗਿਆ। ਮਕਸਦ ਇਹਦਾ ਇਹ ਹੈ ਕਿ ਜਿੰਨੇ ਵੀ ਸਾਡੇ ਦੇਸ਼ 'ਚ ਬੱਚੇ ਹੈ, ਸਟੂਡੈਂਟਸ ਹੈ, 14 ਸਾਲ ਦੀ ਉਮਰ ਤੱਕ ਉਹਨਾਂ ਨੂੰ ਜਿਹੜੀ ਮਿਆਰੀ ਸਿੱਖਿਆ ਹੈ ਉਹ ਬਿਲਕੁਲ ਮੁਫਤ ਦਿੱਤੀ ਜਾਵੇ, ਤਾਂ ਕਿ ਜਿਹੜਾ ਹਿਊਮਨ ਰਿਸੋਰਸ ਹੈ ਉਹ ਵਧੀਆ ਢੰਗ ਨਾਲ ਤਿਆਰ ਹੋਵੇ। ਉਹਨਾਂ ਦਾ ਹੱਕ ਵੀ ਹੈ ਅਤੇ ਉਹਨਾਂ ਨੂੰ ਦੇਣਾ ਇਹ ਐਜੂਕੇਸ਼ਨ ਸਰਕਾਰ ਦੀ ਜ਼ਿੰਮੇਵਾਰੀ ਵੀ ਹੈ। ਤਾਂ ਉਸ ਜ਼ਿੰਮੇਵਾਰੀ ਨੂੰ ਸਮਝਦੇ ਹਾਂ ਸਾਡੇ ਭਾਰਤ ਦੀ ਪਾਰਲੀਮੈਂਟ ਨੇ 2009 'ਚ ਇਸ ਕਾਨੂੰਨ ਨੂੰ ਲੈ ਕੇ ਆਉਂਦਾ ਅਤੇ ਪਾਸ ਕੀਤਾ। ਬੜੀਆਂ ਇਹਦੇ ਵਿੱਚ ਪ੍ਰੋਵੀਜ਼ਨਸ ਨੇ ਐਜੂਕੇਸ਼ਨ ਦੇ ਰਿਲੇਟਡ, ਟੀਚਿੰਗ ਦੇ ਰਿਲੇਟਡ, ਸਕੂਲ ਕਿੱਦਾਂ ਚੱਲਣਗੇ ਉਹਦੇ ਰਿਲੇਟਡ, ਅਤੇ ਫਰੀ, ਟੋਟਲੀ ਫਰੀ ਐਜੂਕੇਸ਼ਨ ਦੀ ਇਹ ਗੱਲ ਕਰਦਾ ਅਤੇ ਹੋਰ ਜਿਹੜੇ ਅਧਿਕਾਰ ਨੇ, ਸਿੱਖਿਆ ਰਿਲੇਟਡ ਅਧਿਕਾਰ ਨੇ ਬੱਚਿਆਂ ਦੇ, ਉਹਦੇ ਰਿਲੇਟਡ ਇਹ ਗੱਲ ਕਰਦਾ। ਇਹਦੇ ਵਿੱਚ ਆਪਾਂ ਜਦੋਂ ਇਸ ਐਕਟ ਦੀ ਗੱਲ ਕਰਦੇ ਹਾਂ, ਇਹ 14, ਇਹ ਤਾਂ ਵੀ ਸ਼ੁਰੂ ਤੋਂ ਲੈ ਕੇ ਜਦੋਂ ਬੱਚਾ ਪ੍ਰੀ ਨਰਸਰੀ ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਦੀਆਂ ਗੱਲਾਂ ਹੈਗੀਆਂ ਜੀ, ਉਹਦੇ 'ਚ ਇਹਦਾ ਟਾਈਟਲ ਵੀ ਹੈ ਵੀ ਫਰੀ ਐਜੂਕੇਸ਼ਨ ਦੇਣੀ ਹੈ ਬੱਚਿਆਂ ਨੂੰ ਅਤੇ ਕੰਪਲਸਰੀ ਐਜੂਕੇਸ਼ਨ ਦੇਣੀ ਹੈ ਜੀ। ਸੋ ਇੱਕ ਡਿਊਟੀ ਹੈ, ਸਟੇਟ ਨੇ ਸਮਝ ਲਏ ਵੀ ਇੱਕ ਫੰਡਾਮੈਂਟਲ ਰਾਈਟ ਹੈ ਬੱਚੇ ਦਾ ਅਤੇ ਸਟੇਟ ਦੀ ਡਿਊਟੀ ਹੈ ਵੀ ਉਹਨੂੰ ਇਹ ਰਾਈਟ ਦੇਵੇ। ਸੋ ਇਸ ਕਾਨੂੰਨ ਦੇ ਅਧੀਨ, ਕਿਉਂਕਿ 14 ਸਾਲ ਤੱਕ ਦੀ ਉਮਰ ਤੱਕ ਦੇ ਹੈ, ਸੋ ਕਿਹੜੇ ਸਕੂਲ ਜਿਹੜੇ ਹੈ ਉਹ ਕਵਰ ਹੁੰਦੇ ਆ, ਇਹਦੇ ਬਾਰੇ ਜ਼ਰਾ ਤੁਹਾਨੂੰ ਦੱਸੋ। ਇਹਦੇ ਵਿੱਚ ਡਾਕਟਰ ਸਾਹਿਬ, ਜਿਹੜੇ ਗੌਰਮੈਂਟ ਸਕੂਲਸ ਨੇ, ਗੌਰਮੈਂਟ ਏਡਿਡ ਸਕੂਲਸ ਨੇ, ਜਾਂ ਜਿਹੜੇ ਸਰਕਾਰ ਦੀ ਮਦਦ ਨਾਲ ਇਸਟੈਬਲਿਸ਼ ਕੀਤੇ ਗਏ ਨੇ, ਯਾਨੀ ਕਿ ਇੱਕ ਤਾਂ ਸਰਕਾਰੀ ਸਕੂਲ ਹੀ ਹੋ ਗਏ, ਦੂਸਰੇ ਜਿਹੜੇ ਸਰਕਾਰ ਤੋਂ ਕੋਈ ਫੰਡ ਲੈ ਰਹੇ ਆ ਜਾਂ ਕਿਸ ਤਰ੍ਹਾਂ ਦੀ ਜ਼ਮੀਨ ਲਈ ਹੈ ਜਾਂ ਹੋਰ ਤਰ੍ਹਾਂ ਦੀ ਕੋਈ ਮਦਦ ਲੈ ਰਿਹਾ ਸਰਕਾਰ ਤੋਂ, ਜਾਂ ਜਿਹੜੇ ਗੌਰਮੈਂਟ ਦੀ ਮਦਦ ਨਾਲ ਇਸਟੈਬਲਿਸ਼ ਜਿਹੜੇ, ਹਾਂ, ਹਰ ਗ੍ਰਾਂਟਾਂ ਹੁੰਦੀਆਂ, ਗ੍ਰਾਂਟਾਂ ਏਡ ਮਿਲਦੀ ਹੈ, ਬਿਲਕੁਲ ਜੀ। ਅਤੇ ਅਨਏਡਿਡ ਸਕੂਲ ਵੀ ਇਹਦੇ 'ਚ ਕਵਰ ਨੇ, ਪਰ ਉਹਦੇ ਵਿੱਚ ਜਿਹੜੀਆਂ 25% ਸੀਟਾਂ ਜਿਹੜੀਆਂ ਹੈ ਉਹ ਰਾਖਵੀਆਂ ਨੇ ਵੀਕਰ ਸੈਕਸ਼ਨ ਦੇ ਲਈ, ਜਿਹੜੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਹੈ, ਕਮਜ਼ੋਰ ਵਰਗ ਹੈ। ਉਹਦੀ ਕਿੰਨੀ ਸੀਮਾ ਹੈਗੀ ਆ ਜਿਹੜੀ ਉਦੋਂ ਦੀ ਆਮਦਨੀ ਦੀ? ਉਹ 'ਚ 2 ਲੱਖ ਸਾਲ ਦੀ ਇਹਨਾਂ ਨੇ ਤੈਅ ਕੀਤੀ ਹੈ ਜੀ, 2 ਲੱਖ ਰੁਪਏ ਤੋਂ ਥੱਲੇ ਜਿਹਨਾਂ ਦੀ ਇਨਕਮ ਹੈ। ਤੁਸੀਂ ਲਾ ਲਓ ਕੋਈ ਰੇਹੜੀ ਫੜੀ ਵਾਲਾ, ਕੋਈ ਮਜ਼ਦੂਰ ਹੈ, ਕੋਈ ਹੋਰ ਛੋਟਾ ਮੋਟਾ, ਕੋਈ ਮੋਚੀ ਹੈ, ਇਸ ਤਰ੍ਹਾਂ ਦੇ ਜਿਹੜੇ ਕੰਮ ਕਰਦੇ ਨੇ ਸਾਥੀ, ਜਿਨ੍ਹਾਂ ਦੀ ਕਮਾਈ ਦਾ ਸਾਧਨ ਹੈ ਨਹੀਂ ਕਿਸੇ ਐਪਰੋਪਰੀਏਟ ਸਕੂਲ 'ਚ ਪੜ੍ਹਾਉਣ ਦੀ ਜਾਂ ਫੀਸ ਅਫੋਰਡ ਨਹੀਂ ਕਰ ਸਕਦੇ, ਤਾਂ ਉਹਨਾਂ ਦੇ ਲਈ 25% ਉਹ ਕਿਸੇ ਵੀ ਸਕੂਲ 'ਚ ਹੋਵੇ, 1 ਕਿਲੋਮੀਟਰ ਦੇ ਦਾਇਰੇ 'ਚ, ਜਿੱਥੇ ਕੋਈ ਸਟੂਡੈਂਟ ਹੈਗਾ ਉਹਦੇ 1 ਕਿਲੋਮੀਟਰ ਦੇ ਦਾਇਰੇ 'ਚ ਕੋਈ ਵੀ ਵੱਡੇ ਤੋਂ ਵੱਡਾ ਸਕੂਲ ਹੋਵੇ, ਉਹ 'ਚ ਉਹਦੀ ਸੀਟ ਹੈ ਜਿਹੜੀ ਰਾਖਵੀਂ ਹੈ ਵੀਕਰ ਸੈਕਸ਼ਨ ਦੀ, ਉਹ 'ਚੋਂ ਪੜ੍ਹ ਸਕਦਾ ਹੈ, ਜਾ ਕੇ ਅਧਿਕਾਰ ਹੈ ਉਹਦਾ, ਕੋਈ ਸਕੂਲ, ਕੋਈ ਅਥਾਰਟੀ ਉਹਨੂੰ ਮਨਾ ਨਹੀਂ ਕਰ ਸਕਦੀ। ਨਹੀਂ, ਇਹ 25% ਸੀਟਾਂ ਸਾਰੇ ਸਕੂਲਾਂ, ਚਾਹੇ ਕੋਈ ਕਿੰਨਾ ਵੀ ਵਧੀਆ ਸਕੂਲ ਹੋਵੇ ਜੀ, ਕੋਈ ਵੀ ਸਕੂਲ ਹੋਵੇ, ਉਹ ਬੱਚੇ ਦਾ ਹੱਕ ਹੈ, ਬਿਲਕੁਲ ਜੀ। ਉਹਦੇ ਵਿੱਚ ਇਕੱਲੀ ਫੀਸ ਹੀ ਮਾਫ਼ ਹੈ ਜਾਂ ਕੁਛ ਹੋਰ ਸਹੂਲਤਾਂ ਵੀ ਹੈਗੀਆਂ ਬੱਚਿਆਂ ਨੂੰ? ਇਸ ਕਾਨੂੰਨ ਦੇ ਅਧੀਨ ਜੀ ਫੀਸ ਵੀ ਮਾਫ਼ ਹੈ, ਸਕੂਲ ਵਰਦੀ ਵੀ ਦਊਗਾ ਬੱਚੇ ਨੂੰ, ਸਕੂਲ ਜਿਹੜੀ ਸਟੇਸ਼ਨਰੀ ਵੀ ਪ੍ਰੋਵਾਈਡ ਕਰੂਗਾ, ਸਕੂਲ ਜਿਹੜੀ ਕਿਤਾਬਾਂ, ਟੈਕਸਟ ਬੁੱਕ, ਨੋਟਬੁੱਕਸ,
ਸਟੇਸ਼ਨਰੀ ਲੈਬੋਰਟਰੀ ਦਾ ਸਮਾਨ ਮਤਲਬ ਅਗਲੀਆਂ ਕਲਾਸਾਂ ਤੱਕ ਜਾਣ ਲਈ ਜਿਹੜਾ ਯੂਜ਼ ਹੁੰਦਾ ਉਹ ਸਾਰਾ ਕੁਝ ਸਕੂਲ ਦੀ ਜ਼ਿੰਮੇਵਾਰੀ ਆ ਪ੍ਰੋਵਾਈਡ ਕਰਨਾ ਅਤੇ ਗਵਰਨਮੈਂਟ ਅਥਾਰਟੀ ਦੀ ਜ਼ਿੰਮੇਵਾਰੀ ਹੈ ਉਹਨੂੰ ਲਾਗੂ ਕਰਵਾਉਣਾ ਅਤੇ ਬੱਚੇ ਨੇ ਉੱਥੇ ਸਿਰਫ ਪੜ੍ਹਾਈ ਕਰਨ ਲਈ ਜਾਣਾ ਐਜੂਕੇਸ਼ਨ ਲੈਣ ਲਈ ਜਾਣਾ ਉਹਦਾ ਕੋਈ ਖਰਚਾ ਨਹੀਂ ਹੈ ਕੋਈ ਬੱਚੇ ਦਾ ਖਰਚਾ ਨਹੀਂ ਤਾਂ ਹੀ ਜਿਵੇਂ ਤੁਸੀਂ ਕਿਹਾ ਕਿ ਇਹ ਰੈਵੋਲਿਊਸ਼ਨਰੀ ਕਾਨੂੰਨ ਹੈ ਅਤੇ ਇਹ ਵਾਕਈ ਰੈਵੋਲਿਊਸ਼ਨਰੀ ਕਾਨੂੰਨ ਹੈ ਜੇ ਇਹਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ ਹੁਣ ਤਾਂ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੇ ਸਾਡੇ ਬਹੁਤ ਪਛੜੇ ਵਰਗ ਦੇ ਲੋਕ ਹੈ ਆਰਥਿਕ ਤੌਰ 'ਤੇ ਜੀ ਉਹ ਉਹਨਾਂ ਲਈ ਇਹ ਸਕੂਲਾਂ ਵਿੱਚ ਐਡਮਿਸ਼ਨ ਲੈਣ ਦਾ ਕੀ ਪ੍ਰੋਸੀਜਰ ਕੀ ਹੈ ਕਿਵੇਂ ਉਹ 25% ਕਿਹੜੇ ਹੋਣਗੇ ਇਹ ਕਿਹਨੇ ਡਿਸਾਈਡ ਕਰਨਾ ਕਿਉਂਕਿ ਸਕੂਲਾਂ ਵਾਲੇ ਜਿਹੜੇ ਆ ਉਹ ਆਪਦੇ ਹਿਸਾਬ ਨਾਲ ਦਾਖਲ ਕਰਕੇ ਜੀ ਉਹ ਕਹਿ ਸਕਦੇ ਵੀ 25% ਦੇ ਤੇ ਉਹ ਦਾਖਲ ਦਾ ਕੀ ਪ੍ਰੋਸੀਜਰ ਆ ਵੀ ਜਿਹੜਾ ਟਰਾਂਸਪੇਰੈਂਟ ਸਿਸਟਮ ਜਿਹੜਾ ਉਹ ਕਾਨੂੰਨ ਵਿੱਚ ਹੈ ਇਹ ਕਾਨੂੰਨ ਬੜੀ ਟਰਾਂਸਪੇਰੈਂਟ ਸਿਸਟਮ ਦੀ ਗੱਲ ਕਰਦੇ ਵਿੱਚ ਪ੍ਰੋਵਾਈਡਡ ਹੈ ਉਹ 'ਚ ਕੀ ਹੈ ਕਿ ਮੰਨ ਲਓ ਕੋਈ ਅਨਐਡਿਡ ਸਕੂਲ ਦੀ ਆਪਾਂ ਐਗਜ਼ਾਮਪਲ ਲੈਂਦੇ ਹਾਂ ਕਿਉਂਕਿ ਉੱਥੇ ਕੰਪਲੈਕਸ ਸਿਸਟਮ ਜ਼ਿਆਦਾ ਹੁੰਦਾ ਐਡਮਿਸ਼ਨ ਸਰਕਾਰੀ ਸਕੂਲ 'ਚ ਸਿੱਧੀ ਐਡਮਿਸ਼ਨ ਗਵਰਨਮੈਂਟ ਏਡਿਡ 'ਚ ਤਾਂ ਆਪਾਂ ਐਗਜ਼ਾਮਪਲ ਅਨਐਡਿਡ ਸਕੂਲ ਦੀ ਹੀ ਲੈ ਕੇ ਕਰਦੇ ਹਾਂ ਉਹ 'ਚ ਕੀ ਹੈ ਜਿਹੜੀ 25% ਫਰਜ਼ ਕਰ ਲਓ 100 ਦੇ ਵਿੱਚੋਂ ਸੀਟ 25 ਸੀਟਾਂ ਨੇ 25 ਸੀਟਾਂ ਦੇ ਲਈ ਆਪਾਂ ਅੱਗੇ ਮੰਨ ਲਈਏ ਕਿ 70, 80 ਜਾਂ 100 ਹੀ ਫੋਰਮ ਆ ਗਏ ਬੱਚੇ ਉਹ 'ਚ 25% ਦੀ ਪਹਿਲਾਂ ਤਾਂ ਇਹ ਹੈ ਵੀ ਸਪੋਜ਼ ਕਰੋ ਸਕੂਲ ਵਿੱਚ ਟੋਟਲ ਸੀਟਾਂ 100 ਹੈ ਜੀ ਉਹ 100 ਵਿੱਚੋਂ 25 ਜਿਹੜੇ ਹੈ ਉਹ ਗਰੀਬ ਬੱਚੇ ਦਾਖਲ ਕਰਨੇ ਵੀਕਰ ਸੈਕਸ਼ਨ ਉਹ ਚ ਉਹਦੇ ਲਈ ਫਿਰ ਸਕੂਲ ਜਿਹੜਾ ਹੈਗਾ ਉਹ ਵੱਖਰੇ ਤਰ੍ਹਾਂ ਦੇ ਐਪਲੀਕੇਸ਼ਨ ਮੰਗੇ ਮੈਂ ਉਹੀ ਦੱਸ ਰਿਹਾ ਸੀ ਕਿ ਜੀ ਉਹ ਚ ਵੱਖਰੀ ਐਪਲੀਕੇਸ਼ਨ ਉਹ ਨੋਟੀਫਾਈ ਕਰਕੇ ਮੰਗਣਗੇ ਕਿ ਸਾਡੇ ਕੋਲ 25 ਸੀਟਾਂ ਜੀ ਵੀਕਰ ਸੈਕਸ਼ਨ ਦੇ ਲਈ ਅਸੀਂ ਫ੍ਰੀ ਪੜਾਉਣਾ ਤੇ ਉਹਦੇ ਲਈ ਮੰਨ ਲਓ 100 ਪੇਰੈਂਟਸ ਉੱਥੇ ਜਾ ਕੇ ਫਾਰਮ ਸਬਮਿਟ ਕਰਾਏ 25 ਸੀਟਾਂ ਦੇ ਲਈ ਤਾਂ ਉਹਨਾਂ ਦੀ ਕੋਈ ਸਕਰੀਨਿੰਗ ਨਹੀਂ ਹੋਣੀ ਕੋਈ ਇੰਟਰਵਿਊ ਨਹੀਂ ਹੋਣੀ ਸਕੂਲ ਜਿਹੜਾ ਹੈ ਨੋਟੀਫਾਈ ਐਡਮਿਸ਼ਨ ਨੂੰ ਕਰਕੇ ਉੱਥੇ ਇੱਕ ਲਿਸਟ ਲਾ ਦੂਗਾ ਕਿ ਆਹ ਸਾਡੇ ਕੋਲ ਫਾਰਮ ਆਏ ਨੇ ਕੋਈ ਮੈਰਿਟ ਨਹੀਂ ਡਿਸਾਈਡ ਹੋਣੀ ਕੋਈ ਬੱਚਿਆਂ ਦੀ ਇੰਟਰਵਿਊ ਨਹੀਂ ਕੋਈ ਪੇਰੈਂਟਸ ਦੀ ਇੰਟਰਵਿਊ ਨਹੀਂ ਉਹ 100 ਸੀਟਾਂ ਦੇ ਵਿੱਚੋਂ ਇੱਕ ਲੋਟਰੀ ਸਿਸਟਮ ਸਾਰਿਆਂ ਨੂੰ ਇਕੱਠੇ ਬੁਲਾ ਕੇ ਲੋਟਰੀ ਸਿਸਟਮ ਦੇ ਹਿਸਾਬ ਨਾਲ ਉਹ 25 ਸੀਟਾਂ 'ਤੇ ਐਡਮਿਸ਼ਨ ਕੀਤੀ ਜਾਊਗੀ ਕੋਈ ਕਿਸੇ ਤਰ੍ਹਾਂ ਦਾ ਕੋਈ ਫੰਡ ਨਹੀਂ ਦੇਣਾ ਸਕੂਲ ਨੂੰ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਐਡਮਿਸ਼ਨ ਫੀਸ ਨਹੀਂ ਦੇਣੀ ਸਕੂਲ ਨੂੰ ਨਹੀਂ ਇੱਕ ਜਿਹੜੀ ਇਹਨਾਂ ਸਕੂਲਾਂ ਬਾਰੇ ਜਿਹੜੇ ਅਨਐਡਿਡ ਸਕੂਲ ਜਾਂ ਇਹਨਾਂ ਨੂੰ ਬਹੁਤੀ ਵਾਰੀ ਪ੍ਰਾਈਵੇਟ ਜਾਂ ਨਿੱਜੀ ਸਕੂਲ ਕਹਿ ਦਿੰਦੇ ਆ ਜੀ ਇਹ ਨਿੱਜੀ ਸਕੂਲ ਜਿਹੜੇ ਹੈ ਇਹ ਆਏ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਵੀ ਇਹ ਇਹਨਾਂ ਦਾ ਕੋਈ ਮਾਲਕ ਹੈ ਜੀ ਅਤੇ ਮਾਲਕ ਦੀ ਮਰਜ਼ੀ ਨਾਲ ਹੀ ਕਾਨੂੰਨ ਚੱਲਣਾ ਉਹ ਜਿਹਨੂੰ ਮਰਜ਼ੀ ਦਾਖਲ ਕਰੇ ਜਿਹਨੂੰ ਮਰਜ਼ੀ ਦਾਖਲ ਨਾ ਕਰੇ ਆਪਦੀ ਮਰਜ਼ੀ ਨਾਲ ਫੀਸਾਂ ਤੈਅ ਕਰੇ ਅਤੇ ਉਹ ਐਡਮਿਸ਼ਨ ਵੇਲੇ ਕਿੰਨੇ ਪੈਸੇ ਲੈਂਦਾ ਇਹ ਵੀ ਉਹਨਾਂ ਦੀ ਮਰਜ਼ੀ ਹੈ ਸੋ ਇਹ ਜਿਹੜੇ ਸੰਵਿਧਾਨ ਪਰ ਇਹ ਕਹਿੰਦਾ ਵੀ ਐਜੂਕੇਸ਼ਨ ਦੇ ਖੇਤਰ ਵਿੱਚ ਜੀ ਕੋਈ ਬੰਦਾ ਵੀ ਕਿਸੇ ਇੰਸਟੀਟਿਊਸ਼ਨ ਦਾ ਐਜੂਕੇਸ਼ਨ ਇੰਸਟੀਟਿਊਸ਼ਨ ਦਾ ਚਾਹੇ ਉਹ ਸਕੂਲ ਹੈ ਜਾਂ ਕਾਲਜ ਹੈ ਯੂਨੀਵਰਸਿਟੀ ਹੈ ਮਾਲਕ ਨਹੀਂ ਹੋ ਸਕਦਾ ਇਹ ਕੰਮ ਸਿਰਫ ਚੈਰੀਟੇਬਲ ਖੇਤਰ ਵਿੱਚ ਹੈ ਜਾਂ ਸਰਕਾਰ ਕਰੂਗੀ ਜਾਂ ਚੈਰੀਟੇਬਲ ਔਰਗਨਾਈਜੇਸ਼ਨ ਜਿਹੜੀਆਂ ਜੀ ਟਰੱਸਟ ਸੁਸਾਇਟੀਆਂ ਜਿਹੜੀਆਂ ਉਹ ਕਰਨਗੀਆਂ ਤਾਂ ਕਿ ਇਹਦੇ ਵਿੱਚ ਕੋਈ ਲੋਕ ਕਿਉਂਕਿ ਬਹੁਤ ਇੰਪੋਰਟੈਂਟ ਕੰਮ ਆ ਸੁਸਾਇਟੀ ਦਾ ਇਹਦੇ ਵਿੱਚੋਂ ਕੋਈ ਬੰਦਾ ਪ੍ਰੋਫਿਟ ਨਾ ਕਮਾਵੇ ਜਾਂ ਵਪਾਰੀ ਕਿਸਮ ਦੇ ਲੋਕ ਜਿਹੜੇ ਆ ਇਸ ਖੇਤਰ ਵਿੱਚ ਨਾ ਆਉਣ ਤਾਂ ਇਹ ਸਕੂਲ ਜਿਹੜੇ ਆਪਾਂ ਦੇਖ ਰਹੇ ਹਾਂ ਆਪਣੇ ਦੁਆਲੇ ਬਹੁਤ ਆਪਣੇ ਦੁਆਲੇ ਖੁੱਲ੍ਹੇ ਹੋਏ ਆ ਬੜੀ ਪ੍ਰਭਾਵ ਹੈ ਹੁਣ ਪੰਜਾਬ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਸਰਕਾਰੀ ਸਕੂਲਾਂ ਨਾਲੋਂ ਵੱਧ ਬੱਚੇ ਜਿਹੜੇ ਹੈ ਉਹ ਇਹਨਾਂ ਸਕੂਲਾਂ 'ਚ ਪੜ੍ਹਦੇ ਬਿਲਕੁਲ ਇਹ ਸਕੂਲ ਨੂੰ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਇਹ ਕੋਈ ਚੈਰੀਟੇਬਲ ਕੰਮ ਕਰਦੇ ਆ ਇਹਨਾਂ ਦੀ ਕੀ ਕੌਣ ਇਹਨੂੰ ਚਲਾਉਂਦਾ ਜੇ ਸਵਾ ਸੁਸਾਇਟੀਆਂ ਕਿਵੇਂ ਬਣ ਉਹਦੇ ਬਾਰੇ ਜ਼ਰਾ ਥੋੜ੍ਹਾ ਦੱਸੋ ਇਹ 'ਚ ਡਾਕਟਰ ਸਾਹਿਬ ਗੱਲ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਇੱਕ ਇਹ ਮੁਨਾਫੇ ਦਾ ਧੰਦਾ ਨਹੀਂ ਹੋ ਸਕਦੀ ਐਜੂਕੇਸ਼ਨ ਕਾਨੂੰਨ ਇਹ ਕਹਿੰਦਾ ਕਾਨੂੰਨ ਇਹ ਕਹਿੰਦਾ ਸਾਡਾ ਬੇਸਿਕ ਲਾਅ ਹੈ ਇਹਦੇ ਉੱਤੇ ਸਾਡਾ ਸੰਵਿਧਾਨ ਇਹ ਕਹਿੰਦਾ ਕਿ ਇਹ ਮੁਨਾਫੇ ਦਾ ਧੰਦਾ ਕਦੇ ਵੀ ਨਹੀਂ ਹੋ ਸਕਦੀ ਜੇ ਹੋਊਗਾ ਤਾਂ ਇਹ ਚੈਰੀਟੇਬਲ ਟਰੱਸਟ ਇਹਨੂੰ ਚਲਾ ਸਕਦੀਆਂ ਨੇ ਤਾਂ ਉਹ ਜਿਹੜੀਆਂ ਚੈਰੀਟੇਬਲ ਟਰੱਸਟ ਨੇ ਉਹਨਾਂ ਦੇ ਉੱਤੇ ਗਵਰਨਮੈਂਟ ਦਾ ਚੈੱਕ ਹੋਣਾ ਜ਼ਰੂਰੀ ਹੈ ਚੈੱਕ ਕਿਸ ਤਰ੍ਹਾਂ ਹਰ ਸੁਸਾਇਟੀ ਜਿਹੜੀ ਕੋਈ ਬਣਦੀ ਹੈ ਜੀ ਉਹ ਅਕੋਰਡਿੰਗ ਟੂ ਰੂਲ ਰੈਗੂਲੇਸ਼ਨ ਬਣਦੀ ਹੈ ਅਤੇ ਉਹਦੇ ਮੁਤਾਬਕ ਹੀ ਉਹਨੂੰ ਕੰਮ ਕਰਨਾ ਪੈਂਦਾ ਪਰ ਉਹਨਾਂ ਦੇ ਓਪਰੇਸ਼ਨ 'ਚ ਕਈ ਵਾਰੀ ਜਿਹੜੇ ਕੁਛ ਮੁਨਾਫੇਖੋਰ ਲੋਕ ਨੇ ਉਹ 'ਚ ਉਹਦੇ ਓਪਰੇਸ਼ਨਸ 'ਚ ਕੋਈ ਘੱਟ ਵੱਧ ਦੇ ਹਿਸਾਬ ਨਾਲ ਜਾਂ ਉਹ 'ਚ ਕਈ ਵਾਰੀ ਜੇ ਉਸ ਚੈੱਕ ਦੇ ਥੱਲੇ ਆਪਾਂ ਲੈ ਕੇ ਆਉਣਾ ਹੋਵੇ ਰਡਾਰ ਦੇ ਤਾਂ ਜਿਹੜੇ ਇਹਨਾਂ ਦੇ ਸੀਏਜ਼ ਨੇ ਮੈਂ ਇੱਕ ਜ਼ਿੰਮੇਵਾਰੀ ਜਿਹੜੀ ਤੈਅ ਕਰਦਾ ਹੈ ਕਾਨੂੰਨ ਜਾਂ ਸਾਡਾ ਸੰਵਿਧਾਨ ਉਹ 'ਤੇ ਮੈਂ ਗੱਲ ਕਰ ਦੇਣੀ ਚਾਹੁੰਦਾ ਕਿ ਸਕੂਲਾਂ ਦੀ ਮੈਨੇਜਮੈਂਟ ਟਰੱਸਟ ਦੀ ਜ਼ਿੰਮੇਵਾਰੀ ਆ ਜਿਹੜੇ ਐਜੂਕੇਸ਼ਨ ਇੰਸਟੀਟਿਊਟ ਕੋਈ ਵੀ ਚਲਾ ਰਹੇ ਨੇ ਕਿ ਇੱਕ ਬੈਲੈਂਸ ਸ਼ੀਟ ਉਸ ਸਕੂਲ ਦੀ ਉਸ ਇੰਸਟੀਟਿਊਸ਼ਨ ਦੀ ਆਪਾਂ ਐਗਜ਼ਾਮਪਲ ਸਕੂਲ ਦੀ ਹੋ ਲੈਂਦੇ ਹਾਂ ਕਾਲਜ ਯੂਨੀਵਰਸਿਟੀ ਦੇ ਨਾਲ ਨਹੀਂ ਲੈਂਦੇ ਕਿਉਂਕਿ ਉਸ ਸੰਬੰਧੀ ਗੱਲ ਕਰ ਰਹੇ ਹਾਂ ਤਾਂ ਮੈਂਡੇਟਰੀ ਆ ਉਹਨਾਂ ਦੇ ਲਈ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਆਪਣੀ ਵੈਬਸਾਈਟ 'ਤੇ ਉਸ ਸਕੂਲ ਦੇ ਖਰਚੇ ਕਿੰਨੇ ਹੋਏ ਪੈਸੇ ਕਿੰਨੇ ਆਏ ਸਭ ਦੀ ਇੱਕ ਬੈਲੈਂਸ ਸ਼ੀਟ ਆਪਣੀ ਵੈਬਸਾਈਟ 'ਤੇ ਪਾਉਣ ਜਿਹੜਾ ਪਬਲਿਕ ਡਾਕੂਮੈਂਟ ਹੋਵੇ ਅਤੇ ਸਰਕਾਰ ਨੂੰ ਵੀ ਰਿਲੇਟਡ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਨੂੰ ਉਹ ਸਬਮਿਟ ਕਰਾਉਣ ਤਾਂ ਇਹ ਹੁੰਦਾ ਕੀ ਹੈ ਕਿ ਕਈ ਵਾਰੀ ਸਕੂਲ ਮੈਨੇਜਮੈਂਟ ਅਤੇ ਸੀਏ ਰਲ ਕੇ ਇਹਨੂੰ ਮੈਨੀਪੁਲੇਟ ਕਰ ਦਿੰਦੇ ਨੇ ਤਾਂ ਉਹ ਇੱਕ ਜਿਹੜਾ ਕੁਛ ਹੱਦ ਤੱਕ ਗੋਰਖ ਧੰਦਾ ਚੱਲ ਰਿਹਾ ਕੁਛ ਹੱਦ ਤੱਕ ਨਹੀਂ ਬਹੁਤ ਪੈਰ ਪੈਰ 'ਤੇ ਚੱਲ ਰਿਹਾ ਮੈਂ ਕਹੂੰਗਾ
ਇਹ ਗੋਰਖ ਧੰਦਾ ਇਹਦੇ ਵਿੱਚੋਂ ਮੁਨਾਫੇ ਖੱਟਣ ਦਾ, ਜੋ ਕਿ ਸਾਡਾ ਕਾਨੂੰਨ ਜਿਹੜਾ ਮੌਲਿਕ ਤੌਰ 'ਤੇ ਇਹਨੂੰ ਅਲਾਓ ਨਹੀਂ ਕਰਦਾ। ਸੋ ਉਹਦੇ ਉੱਤੇ ਚੈੱਕ ਕਰਨ ਦੀ ਲੋੜ ਹੈ। ਸਰਕਾਰੀ ਅਥਾਰਟੀ ਦੀ, ਲੋਕਲ ਅਥਾਰਟੀਜ਼ ਦੀ ਇਹਦੀ ਜ਼ਿੰਮੇਵਾਰੀ ਹੈ, ਰਿਲੇਟਡ ਡਿਪਾਰਟਮੈਂਟ ਐਜੂਕੇਸ਼ਨ ਦਾ ਜਿਹੜਾ ਹੈਗਾ ਉਹਦੀ ਜ਼ਿੰਮੇਵਾਰੀ ਹੈ ਕਿ ਇਹਨੂੰ ਚੈੱਕ ਕਰੇ ਤਾਂ ਕਿ ਜਿਹੜਾ ਬੱਚਿਆਂ ਦਾ ਨੁਕਸਾਨ ਨਾ ਹੋਵੇ। ਕਈ ਸਕੂਲ ਇਹੋ ਜਿਹੇ ਚੱਲ ਰਹੇ ਨੇ ਕਿ ਜਿਨ੍ਹਾਂ ਕੋਲ ਰੈਕਗਨੀਸ਼ਨ ਵੀ ਐਜ ਸੱਚ ਹੈ ਨਹੀਂ, ਰੈਕਗਨੀਸ਼ਨ ਵੀ ਹੈ ਨਹੀਂ, ਉਹ ਤਾਂ ਵੀ ਪੜ੍ਹਾਈ ਜਾ ਰਹੀ ਹੈ। ਆਪਾਂ ਉਹ ਕੈਟੇਗਰੀ ਜਿਹੜੀ ਹੈ ਨਾ ਉਹ ਵੀ ਇੱਕ ਵੱਖਰੀ ਕੈਟੇਗਰੀ ਹੋ ਗਈ, ਉਹਦੀ ਗੱਲ ਫਿਰ ਕਰਾਂਗੇ। ਆਪ ਕੁਝ ਦਿਨ ਪਹਿਲਾਂ ਅਖਬਾਰ ਵਿੱਚ ਇੱਕ ਖਬਰ ਆਈ ਜੀ ਵੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਸਕੂਲਾਂ ਨੂੰ ਕਿਹਾ ਜਿਹੜੇ ਚੰਡੀਗੜ੍ਹ ਦੇ ਵਿੱਚ ਹੈ ਜੀ, ਹਾਲਾਂਕਿ ਚੰਡੀਗੜ੍ਹ ਦੇ ਸਿਸਟਮ ਜਿਹੜਾ ਨਾ ਉਹ ਪੰਜਾਬ ਨਾਲੋਂ ਬਹੁਤ ਵੱਖਰਾ। ਬਿਲਕੁਲ, ਵੀ ਤੁਸੀਂ ਆਪਣੀ ਬੈਲੈਂਸ ਸ਼ੀਟ ਜਿਹੜੀ ਹੈ ਵੈਬਸਾਈਟ 'ਤੇ ਪਾਓ ਜੀ, ਅਤੇ ਉਹ ਸਕੂਲ ਜਿਹੜੇ ਆ ਉਹ ਹਾਈ ਕੋਰਟ ਚਲੇ ਗਏ ਜੀ ਵੀ ਸਾਡੀ ਇਹ ਪ੍ਰਾਈਵੇਸੀ ਹੈ, ਅਸੀਂ ਇਹ ਨਹੀਂ ਡਿਕਲੇਅਰ ਕਰਨਾ ਚਾਹੁੰਦੇ, ਨਹੀਂ ਸ਼ੇਅਰ ਕਰਨਾ ਚਾਹੁੰਦੇ ਜੀ। ਪਰ ਉਹ ਮੇਰੇ ਖਿਆਲ ਸਕੂਲ ਕੋਰਟ ਤੋਂ ਉਹਨਾਂ ਨੂੰ ਕੋਈ ਰਿਲੀਫ ਨਹੀਂ ਮਿਲਿਆ। ਹੁਣ ਉਹਨਾਂ ਨੇ 30 ਜੂਨ ਤੱਕ ਮਹਿਕਮੇ ਨੇ ਫਿਰ ਕਹਿਤਾ। ਇਹਦਾ ਮਤਲਬ ਇਹ ਹੈ ਵੀ ਜਿਹੜੀ ਗੱਲ ਪੰਜਾਬ ਚੰਡੀਗੜ੍ਹ ਵਾਲੇ ਕਹਿੰਦੇ ਆ ਉਹ ਪੰਜਾਬ ਵਿੱਚ ਵੀ ਲਾਗੂ ਹੁੰਦੀ ਹੈ। ਪੰਜਾਬ ਵਿੱਚ ਕੀ ਹੈ, ਜਿਹੜੀਆਂ ਇਹ ਸਕੂਲ ਹੈ ਇਹ ਆਪਣੀ ਬੈਲੈਂਸ ਸ਼ੀਟ, ਆਪਣਾ ਜਿੰਨਾ ਖਰਚਾ ਆਮਦਨ ਹੈ ਇਹ ਸਰਕਾਰ ਨੂੰ ਦਿੰਦੇ ਜਾਂ ਵੈਬਸਾਈਟ 'ਤੇ ਪਾਉਂਦੇ? ਡਾਕਟਰ ਸਾਹਿਬ ਦੇਖੋ, ਕਾਨੂੰਨ ਜਦੋਂ ਭਾਰਤ ਦੀ ਸੰਸਦ ਨੇ ਪਾਸ ਕੀਤਾ ਤਾਂ ਉਹ ਸਾਰੇ ਦੇਸ਼ ਲਈ ਹੈ। ਚੰਡੀਗੜ੍ਹ ਦੇ ਵਿੱਚ ਇਹ ਉੱਥੇ ਦੀ ਲੋਕਲ ਅਥਾਰਟੀ ਨੇ, ਕਿਉਂਕਿ ਕੇਂਦਰ ਸ਼ਾਸਿਤ ਸੂਬਾ ਹੈ ਤਾਂ ਉਹਨਾਂ ਨੇ ਲਾਗੂ ਕੀਤਾ। ਪਰ ਪੰਜਾਬ ਸਰਕਾਰ ਨੇ ਇਹਨੂੰ ਕੁਛ ਕੁਛ ਬਾਏ ਲਾਅਸ ਦੇ ਨਾਲ ਇਹਨੂੰ ਜਿਹੜੀ ਆ ਬੈਕਡੋਰ ਤੋਂ ਰਿਲੈਕਸੇਸ਼ਨ ਦੇ ਤੀ। ਨਿੱਜੀ ਉਹ ਜਿਹੜੀ ਰਿਲੈਕਸੇਸ਼ਨ ਹੈ ਉਹ ਲੀਗਲ ਹੈ? ਨਹੀਂ, ਉਹ ਬਿਲਕੁਲ ਇਲੀਗਲ ਹੈ। ਕਿਸੇ ਵੀ ਕਾਨੂੰਨ ਜਿਹੜੇ ਬਾਏ ਲਾਅਸ ਕੋਈ ਸਟੇਟ ਬਣਾਉਂਦੀ ਹੈ ਤਾਂ ਉਹ ਕਾਨੂੰਨ ਨੂੰ ਤਗੜਾ ਕਰਨ ਲਈ ਹੁੰਦੀ ਹੈ, ਨਾ ਕਿ ਉਹਨੂੰ ਕਮਜ਼ੋਰ ਕਰਨ ਲਈ ਹੁੰਦੀ ਹੈ। ਸੋ ਇਹਨਾਂ ਨੇ ਬਾਏ ਲਾਅਸ ਇਹੋ ਜਿਹੇ ਬਣਾਤੇ ਕਿ ਜਿਹਦੇ ਨਾਲ ਪਹਿਲਾਂ ਵਰਗਾ ਹੀ ਸਿਸਟਮ ਲਾਗੂ ਹੈ ਅਤੇ ਜਿਹੜੇ ਇਹਦੀ ਵੈਲਿਊ ਹੈ, ਇਹਦੀ ਜਿਹੜੀ ਰੈਲੇਵੈਂਸ ਹੈ ਇਸ ਲਾਅ ਦੀ, ਇਸ ਕਾਨੂੰਨ ਦੀ, ਉਹ ਖਤਮ ਕਰਤੀ ਇੱਕ ਤਰ੍ਹਾਂ ਦੇ ਨਾਲ। ਅੱਜ ਵੀ ਪ੍ਰਾਈਵੇਟ ਸਕੂਲ ਸਸਟੇਨ ਕਰ ਰਿਹਾ ਕਿਸੇ ਦੀ 25% ਦੀ, ਮੈਂ ਪ੍ਰਾਈਵੇਟ ਸਕੂਲ ਦੀ ਐਗਜ਼ਾਮਪਲ ਲੈਂਦਾ ਤਾਂ 25% ਜਿਹੜੀ ਐਡਮਿਸ਼ਨਸ ਦੇਣੀਆਂ ਨੇ ਗਰੀਬ ਤਬਕੇ ਨੂੰ, ਉਹਦੀ ਕੋਈ ਜਵਾਬਦੇਹੀ ਨਹੀਂ, ਨਾ ਹੀ ਕੋਈ ਫਿਕਸ ਕਰਦਾ। ਤਾਂ ਅਨਰੈਕਗਨਾਈਜ਼ ਸਕੂਲ ਚੱਲ ਰਹੇ ਨੇ। ਇਹ ਤਾਂ ਕਾਨੂੰਨ ਇਹ ਵੀ ਕਹਿ ਰਿਹਾ ਕਿ 2009 ਤੋਂ ਬਾਅਦ 3 ਸਾਲਾਂ ਦੇ ਵਿੱਚ ਇਹਨਾਂ ਨੋਰਮਸ ਦੇ ਹਿਸਾਬ ਨਾਲ, ਇਹਨਾਂ ਕਾਨੂੰਨ ਦੇ ਹਿਸਾਬ ਨਾਲ ਜਿਹੜੇ ਸਕੂਲ ਨਹੀਂ ਚੱਲ ਰਹੇ 3 ਸਾਲ ਦੇ ਬਾਅਦ ਉਹ ਬੰਦ ਕਰਤੇ ਜਾਣਗੇ। ਜੋ ਬੰਦ ਨਹੀਂ ਕਰਦੇ ਤਾਂ 1 ਲੱਖ ਰੁਪਏ ਉਹਨਾਂ ਨੂੰ ਫਾਈਨ ਹੋਊਗਾ। ਇਸ ਤਰ੍ਹਾਂ ਨਹੀਂ ਹੈ, ਉਹ ਇਹ ਵੀ 3 ਸਾਲ ਦੇ ਵਿੱਚ ਆਪਣੇ ਆਪ ਨੂੰ ਅਪਗ੍ਰੇਡ ਕਰਨਾ, ਅਪਗ੍ਰੇਡ ਕਰਨਾ ਜਿਹੜੇ ਨੋਰਮਸ ਉਹਨਾਂ ਨੇ ਕਿਹਾ ਵੀ ਹਰ ਕਲਾਸ ਦਾ ਕਮਰਾ ਹੋਵੇ, ਆ ਟੀਚਰ ਹੋਣ, ਟੀਚਰਾਂ ਦੀ ਕੁਆਲੀਫਿਕੇਸ਼ਨ ਹੋਣ, ਪਲੇਗਰਾਊਂਡ ਹੋਵੇ, ਉਹ ਪੂਰੀਆਂ ਫੈਸਿਲਿਟੀਜ਼। ਦੇਖੋ ਇਹਦੇ ਵਿੱਚ ਕੀ ਹੈ ਵੀ ਕਾਨੂੰਨ ਦਾ ਜਿਹੜਾ ਮਕਸਦ ਹੈ ਉਹ ਇਹ ਵੀ ਹਰ ਬੱਚੇ ਨੂੰ ਇੱਕ ਕੁਆਲਿਟੀ ਐਜੂਕੇਸ਼ਨ ਮਿਲੇ। ਬਿਲਕੁਲ, ਉਹ ਕਿਉਂਕਿ ਬੱਚੇ ਦੀ ਐਜੂਕੇਸ਼ਨ ਨਾਲ ਉਹਦਾ ਭਵਿੱਖ ਜੁੜਿਆ ਹੋਇਆ, ਬਿਲਕੁਲ ਉਹਦਾ ਕੈਰੀਅਰ ਜੁੜਿਆ ਹੋਇਆ। ਸੋ ਉਹ ਜੇ ਕਿਤੇ ਉਹਨੂੰ ਸਬ ਸਟੈਂਡਰਡ ਐਜੂਕੇਸ਼ਨ ਮਿਲੇਗੀ ਤਾਂ ਸਾਰੀ ਉਮਰ ਉਹ ਬੱਚੇ ਨੂੰ ਸਜ਼ਾ ਭੁਗਤਣੀ ਪੈਣੀ ਹੈ, ਜਿਹਦਾ ਕਸੂਰ ਉਹਦਾ ਵਿਚਾਰੇ ਦਾ ਕੋਈ ਨਹੀਂ। ਕੋਈ ਇਸ ਕਰਕੇ ਉਹਨਾਂ ਨੇ ਇਹ ਕੀਤਾ ਵੀ ਆਹ ਬੇਸਿਕ ਗੱਲਾਂ ਜਿਹੜੀਆਂ ਨੋਰਮਸ ਕਰਤੇ ਵੀ ਇਹ ਕਮਰੇ ਵੀ ਹੋਣਗੇ ਇੰਨੇ ਬੱਚਿਆਂ ਦੇ, ਇੰਨੇ ਟੀਚਰ ਹੋਣਗੇ, ਟੀਚਰ ਕੁਆਲੀਫਾਈਡ ਹੋਣ, ਕਿਉਂਕਿ ਬਹੁਤ ਸਾਰੇ ਸਕੂਲਾਂ ਵਿੱਚ ਆਪਾਂ ਦੇਖਦੇ ਹਾਂ ਵੀ ਉਹ ਇਹ ਨਹੀਂ ਦੇਖਦੇ ਹੈਗੇ ਵੀ ਟੀਚਰ ਦੀ ਕੁਆਲੀਫਿਕੇਸ਼ਨ ਹੈ ਕਿ ਨਹੀਂ ਹੈ, ਕਿਉਂਕਿ ਕੁਆਲੀਫਾਈਡ ਟੀਚਰ ਨੂੰ ਉਹ ਤਨਖਾਹ ਵੀ ਪੂਰੀ ਦੇਣੀ ਪੈਂਦੀ ਹੈ। ਬਿਲਕੁਲ, ਸੋ ਉਹ ਉਸ ਤਰ੍ਹਾਂ ਟੀਚਰ ਰੱਖਦੇ ਜਿਹੜੇ ਕੁਆਲੀਫਾਈਡ ਨਹੀਂ ਹੁੰਦੇ। ਉਹਦਾ ਫਾਇਦਾ ਤਾਂ ਹੁੰਦਾ ਪ੍ਰਬੰਧਕ ਕਮੇਟੀ ਨੂੰ, ਨੁਕਸਾਨ ਕਿਹਨੂੰ ਹੁੰਦਾ? ਨੁਕਸਾਨ ਜਿਹੜਾ ਹੈਗਾ ਬੱਚਾ ਪੜ੍ਹਦਾ ਉਹਨੂੰ, ਉਹਨੂੰ ਇੱਕ ਬੜੀ ਹੀ ਘਟੀਆ ਕਿਸਮ ਦੀ ਐਜੂਕੇਸ਼ਨ ਮਿਲਦੀ ਹੈ ਅਤੇ ਸਾਰੀ ਉਮਰ ਉਹਨੂੰ ਵਿਚਾਰੇ ਨੂੰ ਉਹ ਭੁਗਤਣਾ ਪੈਂਦਾ, ਉਹਦਾ ਭਵਿੱਖ ਕੰਪਰੋਮਾਈਜ਼ ਹੋ ਜਾਂਦਾ। ਹਾਂ, ਇਹ ਜਿਹੜੇ ਮੈਂ ਕੁਝ ਦਿਨ ਪਹਿਲਾਂ ਪੜ੍ਹ ਰਿਹਾ ਸੀਗਾ ਵੀ ਇਹ ਕਾਨੂੰਨ ਇਹ ਕਹਿੰਦਾ ਵੀ 3 ਸਾਲ ਦਿੱਤੇ ਆ ਜੀ, 3 ਸਾਲ ਦੇ ਵਿੱਚ ਜਿਹੜੇ ਸਕੂਲ ਇਹੋ ਜਿਹੇ ਆ ਆਪਣੇ ਨੂੰ ਅਪਗ੍ਰੇਡ ਕਰ ਲੈਣ, ਇਸ ਉਹ ਤੋਂ ਬਾਅਦ ਫਿਰ ਉਹਨਾਂ ਦਾ ਜੁਰਮਾਨਾ ਵੀ ਹੈਗਾ ਮੇਰੇ ਖਿਆਲ 1 ਲੱਖ ਰੁਪਏ 1 ਲੱਖ ਰੁਪਈਆ ਸਾਲ ਦਾ, 1 ਲੱਖ ਰੁਪਇਆ ਉਸ ਡੇਟ ਤੋਂ ਬਾਅਦ ਹੈ, 1 ਲੱਖ ਉਹਨਾਂ ਨੂੰ ਜੁਰਮਾਨਾ ਪਊਗਾ। ਜੇ ਨਹੀਂ ਕੰਪਲਾਈ ਕਰਦੇ ਤਾਂ ਵੀ ਤਾਂ ਡੇਲੀ 10,000 ਰੁਪਏ ਜੁਰਮਾਨਾ ਹੈ ਡੇਲੀ ਦਾ। ਜਿਹੜਾ ਕੋਈ ਇਹ ਜਿਹੜਾ ਗੈਰ ਕਾਨੂੰਨੀ ਸਕੂਲ ਚੱਲਦਾ ਜਿਹੜਾ ਉਸ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ। ਹੁਣ ਆ ਪਿੱਛੇ ਜੇ ਮੈਂ ਪੜ੍ਹਿਆ ਵੀ ਪੰਜਾਬ ਦੇ ਸਿੱਖਿਆ ਮੰਤਰੀ ਨੇ ਇੱਕ ਬਿਆਨ ਦਿੱਤਾ ਵੀ ਅਸੀਂ ਜਿਹੜੇ ਇਹਨਾਂ ਨੂੰ, ਇਹਨਾਂ ਦੇ ਇੱਕ ਨਵੀਂ ਕਿੱਟ ਨੌਨ ਦਿੱਤਾ ਜਿਹੜੇ ਸਕੂਲ ਸ਼ਰਤਾਂ ਪੂਰੀਆਂ ਨਹੀਂ ਕਰਦੇ, ਐਸੋਸੀਏਟ ਸਕੂਲ ਜੀ। ਸੋ ਐਸੋਸੀਏਟ ਸਕੂਲ ਦੀਆਂ ਅਸੀਂ ਜਿਹੜੀ ਉਹ ਉਹਨਾਂ ਦੀ ਰਿਲੈਕਸੇਸ਼ਨ 1 ਸਾਲ ਵਾਸਤੇ ਹੋਰ ਦੇ ਦਿੱਤੀ। ਇਹਦਾ ਮਤਲਬ ਹੈ ਵੀ ਇਹ 13 ਤੱਕ ਸੀਗਾ ਕਾਨੂੰਨ, ਇਹ ਕਹਿੰਦਾ ਵੀ 20 ਹੋ ਗਿਆ ਹੁਣ, 7 ਸਾਲ ਤਾਂ ਪਹਿਲੇ ਚੱਲ ਗਏ। ਬਿਲਕੁਲ ਜੀ, ਵੀ ਜਿਹੜੇ ਕਿ ਬੱਚਿਆਂ ਨੂੰ ਕੋਈ ਸਬ ਸਟੈਂਡਰਡ ਐਜੂਕੇਸ਼ਨ ਦੇ ਰਹੇ ਆ, ਬੱਚਿਆਂ ਦਾ ਭਵਿੱਖ ਆ ਉਹ ਕਰ ਰਹੇ ਆ, ਤੇ ਸਰਕਾਰ ਇਹਨਾਂ ਨੂੰ ਰਿਲੈਕਸੇਸ਼ਨ ਦੇ ਪਹਿਲਾਂ ਵੀ ਦਿੰਦੀ ਰਹੀ ਹੈ, ਹੁਣ ਵਾਲੀ ਸਰਕਾਰ ਵੀ ਦੇ ਰਹੀ ਹੈ। ਸੋ ਇਹਦੇ ਵਿੱਚ ਕੋਈ ਬੱਚਿਆਂ ਦੀ ਕੋਈ ਕਾਨੂੰਨੀ ਕੋਈ ਪ੍ਰੋਟੈਕਸ਼ਨ ਹੈ? ਇਹਨਾਂ ਨੂੰ ਕਿਵੇਂ ਮਤਲਬ ਠੀਕ ਕੀਤਾ ਜਾ ਸਕਦਾ? ਇਹ ਸਰਕਾਰ ਆ ਅਧਿਕਾਰੀ ਤਾਂ ਆਪਾਂ ਨੂੰ ਚੱਲਦੇ ਪੈਸੇ ਲੈ ਕੇ ਪੈਸੇ ਚੜ੍ਹਦੇ ਆ, 1 ਸਾਲ ਦੀ ਹੋਰ ਰਿਲੈਕਸੇਸ਼ਨ ਲੈ ਲੈਂਦੇ ਆ, ਪਰ ਨੁਕਸਾਨ ਕਿਹਦਾ ਹੋ ਰਿਹਾ? ਨੁਕਸਾਨ ਹੋ ਰਿਹਾ ਜਿਹੜੇ ਬੱਚੇ ਪੜ੍ਹਦੇ ਆ ਉਹ, ਉਹਨਾਂ ਦੇ ਮਾਂ ਪਿਓ ਫੀਸਾਂ ਵੀ ਪੂਰੀਆਂ ਦਿੰਦੇ ਆ, ਪਰ ਉੱਥੇ ਪੜ੍ਹਾਈ ਜਿਹੜੀ ਹੈ
ਉਹ ਆਪਾਂ ਨੂੰ ਪਤਾ, ਕਿਉਂਕਿ ਸਾਨੂੰ ਕਈ ਵਾਰੀ ਬੱਚੇ ਜਿਹੜੇ ਆ ਨਾ ਵਟਸਐਪ 'ਤੇ ਸਵਾਲ ਪੁੱਛਦੇ ਇਹਨਾਂ ਸਕੂਲਾਂ ਦੇ, ਉਹ ਕੀ ਹੁੰਦਾ ਵੀ ਬੱਚਾ 11ਵੀਂ 'ਚ ਹੈ ਜੀ, 11ਵੀਂ ਦੇ ਬੱਚੇ ਨੂੰ ਜਿਹਨੂੰ ਕਹਿੰਦੇ ਵੀ ਅੰਗਰੇਜ਼ੀ ਸਕੂਲ ਆ ਇਹ ਜੀ, ਉਹ ਬੱਚੇ ਨੂੰ ਦੋ ਲਾਈਨਾਂ ਅੰਗਰੇਜ਼ੀ ਦੀਆਂ ਲਿਖਣੀਆਂ ਨਹੀਂ ਹੁੰਦੀਆਂ। ਉਹਨੂੰ ਪੁੱਛੀਦਾ ਕਿਹੜਾ ਸਕੂਲ ਆ, ਇਹ ਸਾਡਾ CBSE ਸਕੂਲ ਆ ਜੀ, ਜੀ ਸਾਡਾ ਆਹ ਸਕੂਲ ਆ ਜੀ, ਜੀ ਅੰਗਰੇਜ਼ੀ ਸਕੂਲ ਹੈ ਜੀ, ਉਹ ਮਤਲਬ ਆਹ ਇਸ ਤਰ੍ਹਾਂ ਦੀ ਐਜੂਕੇਸ਼ਨ ਜਿਹੜੀ ਦਿੱਤੀ ਜਾ ਰਹੀ ਹੈ। ਸੋ ਇਹਦੀ ਕੋਈ ਲੀਗਲ ਰੈਮਡੀ ਹੈ ਇਹ 'ਚ? ਡਾਕਟਰ ਸਾਹਿਬ, ਲੀਗਲ ਰੈਮਡੀ ਡੈਫੀਨੇਟਲੀ ਹੈ, ਇਹ ਲੋਅ ਵੀ ਪ੍ਰੋਵਾਈਡ ਕਰਦਾ ਹੈ, ਅਤੇ ਇਨ ਜਨਰਲ ਵੀ ਜਿਹੜੇ ਸਕੂਲ ਹੈ ਉਹ ਐਜੂਕੇਸ਼ਨ ਸਰਵਿਸਿਜ਼ ਦਿੰਦੇ ਹੈ, ਤਾਂ ਜਿਹੜਾ ਡਿਫਾਲਟ ਇਨ ਸਰਵਿਸ ਹੈ ਉਹਦੇ ਅਗੇਂਸਟ ਜਿਹੜਾ ਕੰਜ਼ਿਊਮਰ ਹੈ ਸਟੂਡੈਂਟ ਪੜ੍ਹਨ ਵਾਲਾ ਉਹ ਕੋਰਟ ਦਾ ਦਰਵਾਜ਼ਾ, ਇੱਕ ਵੱਖਰਾ ਕਾਨੂੰਨ ਹੈ। ਹਾਂਜੀ, ਇੱਕ ਵੱਖਰਾ ਕਾਨੂੰਨ ਹੈ, ਇਹ ਤਾਂ ਹਰੇਕ 'ਤੇ ਲਾਗੂ ਹੁੰਦਾ, ਹਰੇਕ 'ਤੇ ਲਾਗੂ ਹੁੰਦਾ। ਮੈਂ ਸਟੂਡੈਂਟ 'ਤੇ ਵੀ ਲਾਗੂ ਹੁੰਦਾ, ਬਿਲਕੁਲ ਲਾਗੂ ਹੁੰਦਾ ਜੀ। ਜੇ ਮੈਂ ਪੈਸੇ ਦੇ ਕੇ ਪੜ੍ਹ ਰਿਹਾ ਰਾਈਟ, ਤਾਂ ਮੇਰੇ ਤੋਂ ਸਕੂਲ, ਮੈਂ ਉਹਨਾਂ ਸਕੂਲਾਂ ਦੀ ਗੱਲ ਕਰ ਰਿਹਾ ਜਿਹੜੇ ਪੈਸੇ ਲੈ ਕੇ ਪੜ੍ਹਾ ਰਹੇ ਨੇ, ਅਤੇ ਐਜੂਕੇਸ਼ਨ ਜਿਹੜੀ ਵਿਦਾਊਟ ਕੁਆਲੀਫਾਈਡ ਟੀਚਰਸ ਦੇ ਰਹੇ ਨੇ, ਜਾਂ ਉਹਨਾਂ ਨੇ ਇਹ ਇਸ ਤਰ੍ਹਾਂ ਦੇ ਜਿਹੜੇ ਨੋਰਮਸ ਹੈ ਬਿਲਡਿੰਗ ਦੇ ਉਹ ਨਹੀਂ ਕੰਪਲਾਈ ਵਿਦ ਕੀਤੇ, ਜਿਹਨਾਂ ਇੰਫਰਾਸਟਰਕਚਰ ਉਹਨਾਂ ਨੇ ਉਹਨਾਂ ਡਿਵੈਲਪ ਨਹੀਂ ਕੀਤਾ, ਜਾਂ ਇਹਦੇ ਕਿਸੇ ਵੀ ਤਰ੍ਹਾਂ ਦੇ ਨੋਰਮਸ ਨੂੰ ਨਹੀਂ ਮੰਨਿਆ, ਜਾਂ ਸਰਕਾਰ ਨੇ ਉੱਤੇ ਧਿਆਨ ਨਹੀਂ ਦਿੱਤਾ ਕਿ ਪਿਛਲੇ ਜਿਹੜੇ ਉਹ 3 ਸਾਲ ਦਾ ਜਿਹੜਾ ਗੈਪ ਸੀਗਾ 2013 'ਚ ਪੂਰਾ ਹੋ ਗਿਆ, ਉਸ ਤੋਂ ਬਾਅਦ ਸਰਕਾਰ ਨੇ ਹਜੇ ਤੱਕ ਉਹਨਾਂ ਨੂੰ ਚੈੱਕ ਹੀ ਨਹੀਂ ਕੀਤਾ, ਅਤੇ ਉਸ ਗੱਲ ਦੀ ਜਿਹੜੀ ਅਣਜਾਣਤਾ ਦੇ ਵਿੱਚ ਪੇਰੈਂਟਸ ਆਪਣੇ ਬੱਚਿਆਂ ਨੂੰ ਉੱਥੇ ਐਡਮਿਸ਼ਨ ਕਰਾ ਰਹੇ ਨੇ, ਅਤੇ ਅੱਜ ਵੀ ਉਹ ਸਕੂਲ ਚੱਲ ਰਹੇ ਨੇ, ਤਾਂ ਉਹਨਾਂ ਦੇ ਅਗੇਂਸਟ ਜਿਹੜੇ ਪੇਰੈਂਟਸ ਆ ਉਹ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਆ, ਉਹਨਾਂ ਸਕੂਲਾਂ ਨੂੰ ਪਾਰਟੀ ਬਣਾਉਣ, ਅਤੇ ਸਰਕਾਰ ਨੂੰ ਉਹਦੇ 'ਚ ਪਾਰਟੀ ਬਣਾਉਣ, ਕਿਉਂਕਿ ਸਰਕਾਰ ਦਾ ਜਿਹੜਾ ਸਿੱਖਿਆ ਵਿਭਾਗ ਹੈ ਉਹਦੇ ਲਈ ਜ਼ਿੰਮੇਵਾਰ ਹੈ। ਹੁਣ ਐਸੋਸੀਏਟ ਸਕੂਲ ਦੀ ਤੁਸੀਂ ਗੱਲ ਕੀਤੀ ਕਿ ਸਿੱਖਿਆ ਮੰਤਰੀ ਨੇ ਉਹਨਾਂ ਦੇ ਲਈ ਕਹਿਤਾ, ਤਾਂ ਇਹ ਵੀ ਅਗੇਨ ਬੈਕਡੋਰ ਐਂਟਰੀ ਹੈ, ਇਸ ਤਰ੍ਹਾਂ ਸਿੱਖਿਆ ਕਮਜ਼ੋਰੀ ਹੋਣੀ, ਇਲੀਗਲ ਆਰਡਰ ਹੈ, ਇਲੀਗਲ ਆਰਡਰ ਹੈ, ਇਹਦੇ ਇਸ ਕਾਨੂੰਨ ਦਾ ਟੋਟਲ ਖਿਲਾਫ ਆਰਡਰ ਹੈ ਰਾਈਟ, ਕਿਉਂਕਿ ਬਾਇਓਲੋਜੀ ਦੀ ਮੈਂ ਪਹਿਲਾਂ ਗੱਲ ਕੀਤੀ, ਕਮਜ਼ੋਰ ਨਹੀਂ ਕਰ ਸਕਦੇ ਕਾਨੂ੨ਨ ਨੂੰ, ਇਹਨੂੰ ਤਗੜਾ ਕਰਨ ਲਈ ਤੁਸੀਂ ਬਾਇਓਲੋਜ ਬਣਾ ਸਕਦੇ, ਨਾਲੇ ਮੋਰ ਓਵਰ ਜਿਹੜਾ ਪਾਰਲੀਮੈਂਟ ਨੇ ਕਾਨੂੰਨ ਬਣਾਇਆ, ਕਿਉਂਕਿ ਇਸ ਵੇਲੇ ਜਿਹੜੀ ਐਜੂਕੇਸ਼ਨ ਹੈ ਕੰਕਰੈਂਟ ਲਿਸਟ ਵਿੱਚ ਜੀ, ਅਤੇ ਕੰਕਰੈਂਟ ਲਿਸਟ ਵਿੱਚ ਸੈਂਟਰ ਦਾ ਕਾਨੂੰਨ ਜਿਹੜਾ ਪ੍ਰਵੇਰ ਕਰਦਾ, ਬਿਲਕੁਲ, ਅਤੇ ਪਾਰਲੀਮੈਂਟ ਦੇ ਬਣਾਏ ਕਾਨੂੰਨ ਨੂੰ ਕੋਈ ਐਜੂਕੇਸ਼ਨ ਸੈਕਟਰੀ ਜਾਂ ਐਜੂਕੇਸ਼ਨ ਮਿਨਿਸਟਰ ਜਿਹੜਾ ਉਹਨੂੰ ਡਿਲਿਊਟ ਨਹੀਂ ਕਰ ਸਕਦਾ, ਇਹ ਤਾਂ ਇੱਕ ਤਾਂ ਅਸਟੈਬਲਿਸ਼ਡ ਲਾਅ ਹੈਗਾ, ਬਿਲਕੁਲ। ਸੋ ਪਰ ਇੱਥੇ ਹੋ ਰਿਹਾ, ਅਤੇ ਦੂਜੀ ਗੱਲ ਮੈਂ ਤੁਹਾਨੂੰ ਇਹ ਪੁੱਛਣੀ ਸੀਗੀ ਵੀ ਇਹ ਜਿਹੜੇ ਜਿਹੜਾ ਹੈਗਾ ਸਟਾਫ, ਇਹਦੀ ਕੁਆਲੀਫਿਕੇਸ਼ਨ ਜਿਹੜੀ ਹੈ ਬਹੁਤੀ ਵਾਰੀ ਨਹੀਂ ਪੂਰੀ ਹੁੰਦੀ, ਇਹਦੇ ਵਿੱਚ ਵੀ ਸੀ ਕੋਈ ਟਾਈਮ ਦਿੱਤਾ ਗਿਆ ਉਹਨਾਂ ਨੂੰ? ਇਹਨਾਂ ਨੂੰ ਇਹਦੇ ਵਿੱਚ 7 ਸਾਲ ਦਾ ਟਾਈਮ ਦਿੱਤਾ ਗਿਆ ਸੀ ਕਿ ਜੀ ਜਿਹੜੀਆਂ ਆਪਣੀਆਂ ਕੁਆਲੀਫਿਕੇਸ਼ਨਸ ਨਹੀਂ ਐਪਰੋਪਰੀਏਟਲੀ ਪੂਰੀਆਂ ਉਹਨੂੰ ਕਰਨ ਦਾ ਟਾਈਮ ਦਿੱਤਾ ਗਿਆ ਸੀ, ਕਿ ਟੀਚਰ ਜਿਹੜੇ ਆਲਰੇਡੀ ਪੜ੍ਹਾ ਰਹੇ ਸੀ ਤਾਂ ਉਹਨਾਂ ਦਾ ਕੰਮ ਨਹੀਂ ਛਡਵਾਉਣਾ ਚਾਹੁੰਦੀ ਸਰਕਾਰ। ਮਤਲਬ ਇਹਦਾ ਪਾਰਲੀਮੈਂਟ ਦਾ ਇੱਕ ਅਪਰਚੁਨਿਟੀ ਦੇ ਦਿੱਤੀ ਉਹਨੂੰ, ਇਹਨੂੰ ਮੌਕਾ ਤੁਸੀਂ ਆਪਦੇ ਆਪ ਨੂੰ ਕੁਆਲੀਫਾਈ ਕਰ ਲਓ। ਯੈਸ, ਪਾਰਲੀਮੈਂਟ ਦਾ ਆਈਡੀਆ ਸੀ ਕਿ ਜਿਹੜੇ ਬੰਦੇ ਆਲਰੇਡੀ ਇੰਪਲੋਇਡ ਆ ਉਹਨਾਂ ਨੂੰ ਕੰਮ ਧੰਦੇ ਤੋਂ ਬਿਲਕੁਲ ਨਾ ਹਟਾਇਆ ਜਾਵੇ। ਕੁਛ ਕੁਛ ਉਹਨਾਂ ਦਾ ਐਕਸਪੀਰੀਅੰਸ ਹੋ ਚੁੱਕਿਆ ਸੀ, ਕੋਈ 8-10 ਸਾਲ ਤੋਂ ਪੜ੍ਹਾ ਰਿਹਾ ਸੀਗਾ, ਕੋਈ 15 ਸਾਲ ਤੋਂ ਵੀ ਪੜ੍ਹਾ ਰਿਹਾ ਸੀ, ਪਰ ਉਹ ਕੁਆਲੀਫਾਈਡ ਨਹੀਂ ਸੀ ਕਿਉਂਕਿ ਉਹਦਾ ਇਹ ਕਾਨੂੰਨ ਹੀ ਨਹੀਂ ਆਇਆ ਸੀਗਾ। ਤਾਂ ਇਸ ਕਾਨੂੰਨ ਨੇ ਜਦੋਂ ਤੈਅ ਕਰਤੇ ਪੈਰਾਮੀਟਰ ਕਿ ਇੰਨੀ ਕੁਆਲੀਫਿਕੇਸ਼ਨ ਜਿਹੜੀ ਬੇਸਿਕਲੀ ਹੋਣੀ ਤੁਹਾਡੀ ਜ਼ਰੂਰੀ ਹੈ, ਉਹੀ ਬੰਦਾ ਟੀਚਰ ਹੋ ਸਕਦਾ, ਤਾਂ ਉਹਨਾਂ ਨੂੰ 7 ਸਾਲ ਦਾ ਟਾਈਮ ਦਿੱਤਾ ਸੀ ਕਿ ਆਪਣੀ ਜਿਹੜੀ ਐਜੂਕੇਸ਼ਨ ਉਸ ਹਿਸਾਬ ਨਾਲ ਅਪਗ੍ਰੇਡ ਕਰਨ ਦਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉਹਦੇ ਉੱਤੇ ਕੀ ਸਰਕਾਰਾਂ ਨੇ, ਲੋਕਲ ਸਰਕਾਰਾਂ ਨੇ, ਐਜੂਕੇਸ਼ਨ ਡਿਪਾਰਟਮੈਂਟ ਨੇ ਚੈੱਕ ਕੀਤਾ ਕਿ ਨਹੀਂ ਕੀਤਾ, ਕਿ ਅੱਜ ਵੀ ਉਹ ਸਕੂਲ ਚੱਲ ਰਹੇ ਨੇ ਜਾਂ ਨਹੀਂ ਚੱਲ ਰਹੇ ਉਹੋ ਜਿਹੇ ਟੀਚਰਸ ਦੇ ਨਾਲ, ਤਾਂ ਉਹ ਕਰਨਾ ਜ਼ਰੂਰੀ ਹੈ। ਨਹੀਂ, ਇਹਦੇ ਵਿੱਚ ਹੋਰ ਗੱਲ ਜਿਹੜੀ ਮਤਲਬ ਆਪਾਂ ਦੇਖ ਸਕਦੇ ਹਾਂ ਵੀ ਇਹਦਾ ਮਤਲਬ ਇਹ ਹੋਇਆ ਵੀ ਪਹਿਲੀ ਗੱਲ ਹੈ ਵੀ ਇਹ ਸਕੂਲ ਟੈਕਨੀਕਲੀ ਇਲੀਗਲ ਸਕੂਲ ਹੈ। ਬਿਲਕੁਲ ਜੀ, ਅਤੇ ਇੱਥੇ ਜਿਹੜੇ ਕੋਈ ਇਸ ਤਰ੍ਹਾਂ ਦੀ ਐਜੂਕੇਸ਼ਨ ਦੇ ਰਹੇ ਆ ਉਹ ਇਸ ਤਰ੍ਹਾਂ ਦੀ ਗੱਲ ਹੀ ਹੈ, ਕੋਈ ਡਾਕਟਰ ਜਿਹੜਾ ਉਹ ਕੁਆਲੀਫਾਈਡ ਨਹੀਂ ਹੈ ਪਰ ਉਹ ਦਵਾਈਆਂ ਦੇ ਰਿਹਾ, ਦਵਾਈਆਂ ਦੇ ਰਿਹਾ ਟੈਸਟ, ਉਹ ਵੀ ਮਰੀਜ਼ਾਂ ਦਾ ਨੁਕਸਾਨ ਕਰ ਰਿਹਾ, ਇੱਧਰ ਵੀ ਬੱਚਿਆਂ ਦਾ ਨੁਕਸਾਨ ਹੋ ਰਿਹਾ, ਅਤੇ ਸਰਕਾਰ ਜਿਹੜੀ ਹੈ ਜਾਂ ਸਰਕਾਰੀ ਸਿਸਟਮ ਜਿਹੜਾ ਉਹ ਇਹਨਾਂ ਦੇ ਨਾਲ ਰਲਿਆ ਹੋਇਆ। ਬਿਲਕੁਲ, ਇਹਦਾ ਇੱਕ ਜਿਹੜਾ ਹੈਗਾ ਵੀ ਕੋਈ ਪਬਲਿਕ ਨੂੰ ਬੜਾ ਪਤਾ ਨਹੀਂ ਜੀ, ਜਾਂ ਪ੍ਰੈਸ਼ਰ ਨਹੀਂ ਹੈ ਜੀ, ਜਾਂ ਜਿਹੜਾ ਤੁਸੀਂ ਆਹ ਗੱਲ ਕੀਤੀ ਮਾਂ ਪਿਓ ਜਿਹੜੇ ਹੈ ਉਹ ਕਰ ਸਕਦੇ, ਕੇਸ ਕਰ ਸਕਦੇ ਆ, ਕੰਜ਼ਿਊਮਰ ਕੋਰਟਾਂ 'ਚ ਜਾ ਸਕਦੇ ਆ। ਮੇਰਾ ਖਿਆਲ ਆ ਵੀ ਕਿਉਂਕਿ ਇਹਨਾਂ ਇਹ ਜਿਹੜੇ ਖਾਸ ਕਰਕੇ ਐਸੋਸੀਏਟ ਸਕੂਲ ਜਿਹੜੇ ਆ ਜਿੰਨੇ ਕੁ ਮੈਂ ਦੇਖੇ ਆ, ਜਾਂ ਪਿੰਡਾਂ 'ਚ ਆਏ ਜਾਂ ਗਰੀਬ ਬਸਤੀਆਂ 'ਚ ਹੈਗੇ ਆ ਜੀ, ਉਹ ਵਿਚਾਰੇ ਜਿਹੜੇ ਆ ਇਸ ਆਸ ਨਾਲ ਬੱਚੇ ਨੂੰ ਉੱਥੇ ਭੇਜਦੇ ਆ ਵੀ ਸ਼ਾਇਦ ਗੌਰਮੈਂਟ ਸਕੂਲਾਂ 'ਚ ਤਾਂ ਮਾੜਾ ਹਾਲ ਹੈ, ਇਹ ਸਕੂਲ 'ਚ ਸਾਡੇ ਬੱਚੇ ਕੋਈ ਵਧੀਆ ਪੜ੍ਹਾਈ ਕਰ ਲੈਣਗੇ। ਸੋ ਉਹਨਾਂ ਉਹ ਤਾਂ ਵਿਚਾਰੇ ਪਹਿਲਾਂ ਹੀ ਮਤਲਬ ਨਹੀਂ ਹੈਗੇ, ਅਤੇ ਇਹਦਾ ਕਿਵੇਂ ਹੋਏਗਾ ਵੀ ਜੇ ਕੋਈ ਇਸ ਤਰ੍ਹਾਂ ਦੀ ਕੋਈ ਸੋਸ਼ਲ ਸੋਸਾਇਟੀ ਜਾਂ ਤੁਹਾਡੀ ਔਰਗਨਾਈਜੇਸ਼ਨ ਕੋਈ ਕਰ ਸਕਦੀ ਹੈ ਬੱਚਿਆਂ ਦੀ ਮਦਦ? ਇਹਦੇ ਉੱਤੇ ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਕੋਲ ਲੀਗਲ ਸਪੋਰਟ ਹੈ, ਸਾਡੇ ਜਿਹੜੇ ਵਕੀਲ ਸਾਹਿਬਾਨ ਉੱਥੇ ਬੈਠੇ ਕਾਰਕੁਨ ਨੇ ਉਹ ਕੰਮ ਕਰ ਰਹੇ ਨੇ, ਕੁਛ ਇੱਕ ਸੰਸਥਾ ਜਿਹੜੀ ਸਾਡੀ ਆਪਣੀ ਔਰਗਨਾਈਜੇਸ਼ਨ ਹੈ ਉਹਦੇ ਥਰੂ ਵੀ ਅਸੀਂ ਕੰਮ ਕਰ ਰਹੇ ਹਾਂ ਇਹ ਅਵੇਅਰਨੈਸ ਫੈਲਾਉਣ ਦੇ ਲਈ। ਨਹੀਂ, ਤੁਹਾਡਾ ਇਹ ਜਿਹੜੇ ਨੰਬਰ ਹੈਗੇ ਜਾਂ ਤੁਹਾਡੀ ਵੈਬਸਾਈਟ ਹੈ ਉਹ ਅਸੀਂ ਆਪਣੇ ਟੀਵੀ 'ਤੇ ਨਸ਼ਰ ਕਰ ਸਕਦੇ?
ਜਿਹੜੀ ਐਜੂਕੇਸ਼ਨ ਡਿਪਾਰਟਮੈਂਟ ਹੈ ਸਿੱਖਿਆ ਮੰਤਰੀ ਤੱਕ ਅਪਰੋਚ ਕਰਨੀ ਹੋਵੇ ਜਾਂ ਲੋਕਲ ਜਿਹੜੇ ਸਕੂਲਸ ਆ ਉਹਨਾਂ ਨੂੰ ਦੱਸਣਾ ਹੋਵੇ ਕਿ ਭਾਈ ਤੁਸੀਂ ਕਿਸ ਢੰਗ ਨਾਲ ਕੰਮ ਕਰਨਾ ਜਾਂ ਨਹੀਂ ਕਰਨਾ, ਕਿਉਂਕਿ ਉਹਨਾਂ ਦੀ ਨਲੈਕੀ ਹੈ ਕਿਤੇ ਨਾ ਕਿਤੇ ਆਪਣੇ ਹਿੱਤਾਂ ਦੇ ਲਈ ਉਹ ਨਲੈਕ ਹੋ ਜਾਂਦੇ ਨੇ। ਅਤੇ ਅਸੀਂ ਜਿਹੜੇ ਉਹ ਸਟੂਡੈਂਟਸ ਨੇ ਜਿਨ੍ਹਾਂ ਦਾ ਭਵਿੱਖ ਖਰਾਬ ਹੋ ਰਿਹਾ, ਜਿਹੜੇ ਬੱਚਿਆਂ ਨੇ ਇਸ ਉਮੀਦ ਨਾਲ ਆਪਣੇ ਪੇਰੈਂਟਸ ਨੇ ਇਸ ਉਮੀਦ ਨਾਲ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਪਾਇਆ ਕਿ ਪੜ੍ਹ ਕੇ ਸਾਡੀ ਜਿਹੜੀ ਉਹ ਜ਼ਿੰਦਗੀ ਸਵਾਰ ਦੇਣਗੇ, ਤਾਂ ਉਹਨਾਂ ਦੇ ਭਵਿੱਖ ਨਾਲ ਅਲਟੀਮੇਟਲੀ ਖਿਲਵਾੜ ਹੋ ਰਿਹਾ, ਅਸੀਂ ਉਹ ਹੋਣ ਨਹੀਂ ਦੇਵਾਂਗੇ। ਅਤੇ ਉਹਨਾਂ ਦੇ ਲਈ ਕਿਸੇ ਵੀ ਤਰ੍ਹਾਂ ਦੀ ਲੀਗਲ ਸਪੋਰਟ ਹੈ, ਕੋਈ ਅਵੇਅਰਨੈਸ ਉਹਨਾਂ ਨੂੰ ਚਾਹੀਦੀ ਹੈ ਜਾਂ ਕਾਨੂੰਨ ਦੇ ਬਾਰੇ ਕੋਈ ਸਮਝਣਾ ਚਾਹੁੰਦੇ ਹੈ ਜਾਂ ਕਿਤੇ ਵੀ ਆਪਣੀ ਗੱਲ ਰੱਖਣਾ ਚਾਹੁੰਦੇ, ਤਾਂ ਅਸੀਂ ਉਹਨਾਂ ਨੂੰ ਪਲੇਟਫਾਰਮ ਪ੍ਰੋਵਾਈਡ ਕਰਾਂਗੇ। ਅਸੀਂ ਇਹਦੇ ਲਈ ਸੰਘਰਸ਼ ਕਰਾਂਗੇ, ਹੈਲਪਲਾਈਨ ਨੰਬਰ ਵੀ ਹੋਣਗੇ ਤੁਹਾਡੇ, ਅਸੀਂ ਉਹ ਪ੍ਰੋਵਾਈਡ ਕਰ ਦਾਂਗੇ ਜੀ, ਤੁਸੀਂ ਉਹਨੂੰ ਜਦੋਂ ਮਰਜ਼ੀ ਨਸ਼ਰ ਕਰ ਸਕਦੇ ਹੋ, ਉਹ 'ਚ ਕੋਈ ਪ੍ਰੋਬਲਮ ਨਹੀਂ। ਦੋਸਤੋ, ਤੁਹਾਨੂੰ ਜਿਵੇਂ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿ TV ਸਕੂਲ ਦਾ ਮਕਸਦ ਵੀ ਜਿਹੜਾ ਮਿਸ਼ਨ ਹੈ ਉਹ ਸਿਰਫ ਕੁਝ ਸਿਲੇਬਸ ਪੜ੍ਹਾਉਣਾ ਨਹੀਂ ਹੈ। ਅਸੀਂ ਇਸ ਮਿਸ਼ਨ ਨਾਲ ਤੁਰੇ ਹਾਂ ਕਿ ਸਾਡੇ ਹਰ ਬੱਚੇ ਨੂੰ ਇੱਕ ਕੁਆਲਿਟੀ ਐਜੂਕੇਸ਼ਨ ਮਿਲੇ ਅਤੇ ਉਹਨੂੰ ਘਰ ਬੈਠੇ ਨੂੰ ਮਿਲੇ ਜਾਂ ਸਕੂਲ 'ਚ ਮਿਲੇ, ਉਹਦਾ ਉਹਦੀ ਲੁੱਟ ਘਸੁੱਟ ਨਾ ਹੋਵੇ। ਸੋ ਪੰਜਾਬ ਵਿੱਚ ਬਹੁਤ ਸਾਰੇ ਸਕੂਲ ਅਜਿਹੇ ਵੀ ਹੈ ਜਿਹੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ, ਕੁਆਲੀਫਾਈਡ ਸਟਾਫ ਰੱਖਿਆ ਹੋਇਆ। ਬਹੁਤ ਸਾਰੀਆਂ ਸਭਾ ਸੈਟੀਆਂ ਨੂੰ ਮੈਂ ਜਾਣਦਾ ਵੀ ਜਿਹੜੇ ਬਹੁਤ ਕਾਨੂੰਨੀ ਤਰੀਕੇ ਨਾਲ ਕੰਮ ਕਰਦੇ ਆ। ਸੋ ਉਹਨਾਂ ਨਾਲ ਕੋਈ ਖਿਲਵਾੜ ਕਰਨਾ, ਉਹਨਾਂ ਨੂੰ ਸਾਡਾ ਕੋਈ ਨੁਕਸਾਨ ਪਹੁੰਚਾਉਣਾ ਕੋਈ ਮਕਸਦ ਨਹੀਂ ਹੈ। ਸਾਡਾ ਮਕਸਦ ਇਹ ਹੈ ਵੀ ਜਿਹੜੇ ਐਜੂਕੇਸ਼ਨ ਦੇ ਖੇਤਰ ਵਿੱਚ ਬੜੇ ਬੇਰਹਿਮ ਕਿਸਮ ਦੇ ਵਪਾਰੀ ਲੋਕ ਆ ਗਏ ਅਤੇ ਜਿਹੜੇ ਜਿਨ੍ਹਾਂ ਦੀ ਜਿਹੜੀਆਂ ਇਹ ਵਪਾਰ ਦੇ ਵਿੱਚੋਂ ਉਹਨਾਂ ਨੂੰ ਤਾਂ ਜ਼ਰੂਰ ਫਾਇਦਾ ਹੋ ਰਿਹਾ ਪਰ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ, ਉਹਨਾਂ ਦਾ ਭਵਿੱਖ ਖਰਾਬ ਹੋ ਰਿਹਾ, ਅਲਟੀਮੇਟਲੀ ਸਾਡੀ ਸੁਸਾਇਟੀ ਦਾ ਨੁਕਸਾਨ ਹੋ ਰਿਹਾ। ਸੋ ਉਸ ਕਰਕੇ ਅਸੀਂ ਇਹ ਪਰਮਵੀਰ ਹੁਣਾਂ ਦੀ ਸੰਸਥਾ ਨਾਲ ਆਪਣੇ ਆਪ ਨੂੰ ਜੋੜਿਆ, ਅੱਗੇ ਵੀ ਜੋੜਦੇ ਰਹਾਂਗੇ ਤਾਂ ਕਿ ਸਾਡਾ ਸਾਂਝਾ ਮਿਸ਼ਨ ਹੈ। ਇਹਨਾਂ ਦਾ ਮਿਸ਼ਨ ਵੀ ਇਹ ਹੈ ਵੀ ਹਰ ਬੱਚੇ ਨੂੰ ਕੁਆਲਿਟੀ ਐਜੂਕੇਸ਼ਨ ਮਿਲੇ, ਸਾਡਾ ਮਿਸ਼ਨ ਵੀ ਇਹ ਹੈ ਵੀ ਜਿਹੜੇ ਗਰੀਬ ਬੱਚੇ ਆ, ਜਿਹੜੇ ਘੱਟ ਇਨਕਮ ਵਾਲੇ ਆ, ਪਿੰਡਾਂ 'ਚ ਦੂਰ ਦੁਰਾਡੇ ਬੈਠੇ ਆ ਜਾਂ ਕੁੜੀਆਂ ਹੈਗੀਆਂ, ਉਹਨਾਂ ਨੂੰ ਅਸੀਂ ਵਧੀਆ ਐਜੂਕੇਸ਼ਨ ਦੇਣੀ ਹੈ। ਸੋ ਪਰ ਜਿਹੜਾ ਕਾਨੂੰਨ 2010 ਵਿੱਚ ਲਾਗੂ ਹੋਣਾ ਸੀ, ਇਹ 2020 'ਚ ਵੀ ਲਾਗੂ ਹੋਣ ਦਾ ਕੋਈ ਆਸਾਰ ਨਜ਼ਰ ਨਹੀਂ ਆ ਰਿਹਾ। ਕਾਰਨ ਕੀ ਹੈ? ਕਾਰਨ ਇਹ ਹੈ ਕਰਪਟ ਸਿਸਟਮ ਹੈ, ਸਾਡੇ ਪੋਲੀਟੀਸ਼ੀਅਨ, ਸਾਡੇ ਮੰਤਰੀ, ਸਾਡੇ ਅਧਿਕਾਰੀ ਇਹ ਸਾਰੇ ਉਹਨਾਂ ਵਪਾਰੀਆਂ ਨਾਲ ਰਲੇ ਹੋਏ ਆ ਅਤੇ ਰਲ ਕੇ ਨੁਕਸਾਨ ਕਿਹਦਾ ਕਰ ਰਹੇ ਆ? ਨੁਕਸਾਨ ਸਾਡੀ ਪੂਰੀ ਸੁਸਾਇਟੀ ਦਾ ਕਰ ਰਹੇ ਆ, ਸਾਡੇ ਪੰਜਾਬ ਦੇ ਭਵਿੱਖ ਦਾ ਕਰ ਰਹੇ ਆ, ਸਾਡੇ ਬੱਚਿਆਂ ਦਾ ਕਰ ਰਹੇ ਆ। ਸੋ ਇਹ ਗੱਲ ਜਿਹੜੀ ਬਹੁਤ ਵੱਡਾ ਕ੍ਰਾਈਮ ਅਸੀਂ ਸਮਝਦੇ ਹਾਂ, ਦੇ ਆਰ ਕਮਿਟਿੰਗ ਕ੍ਰਾਈਮ ਅਗੇਂਸਟ ਦਾ ਹੋਲ ਸੁਸਾਇਟੀ। ਸੋ ਇਸ ਕਰਕੇ ਅਸੀਂ ਇਹ ਪਰਮਵੀਰ ਉਹਨਾਂ ਨੂੰ ਸੱਦਿਆ। ਇਹਦੇ ਵਿੱਚ ਹੋਰ ਗੱਲ ਜਿਹੜੀ ਇੱਕ ਕਰਨ ਵਾਲੀ ਪਰਮਵੀਰ ਹੈਗੀ ਉਹ ਇਹ, ਮੈਂ ਕਾਨੂੰਨ ਪੜ੍ਹਿਆ ਉਹਦੇ ਵਿੱਚ ਹੈ ਵੀ ਸਕੂਲਾਂ ਦਾ ਜਿਹੜਾ ਪ੍ਰਬੰਧ ਹੈ ਉਹ ਸਭ ਤੋਂ ਵਧੀਆ ਕੌਣ ਕਰ ਸਕਦਾ? ਜਿਨ੍ਹਾਂ ਦਾ ਉਹ ਉਸ ਦੇ ਪ੍ਰਬੰਧ 'ਚ ਇੰਟਰਸਟ ਹੈ ਜੀ, ਉਹ ਕੌਣ ਹੋ ਸਕਦਾ? ਉਹ ਮਾਪੇ ਹੈ, ਮਾਪੇ ਹੋ ਸਕਦੇ ਇਹ 'ਚ। ਸੋ ਇਹ ਮਾਪਿਆਂ ਦੀਆਂ ਕਮੇਟੀਆਂ ਦੀਆਂ ਮੈਨੇਜਮੈਂਟ ਕਮੇਟੀਆਂ, ਸੋ ਉਹਦੇ ਬਾਰੇ ਜਿਹੜਾ ਦੱਸੋ ਵੀ ਇਹ ਕੀ ਇਹ 'ਚ ਡਾਕਟਰ ਸਾਹਿਬ ਸੈਕਸ਼ਨ ਇੱਕ ਸਪੈਸੀਫਿਕਲੀ ਪ੍ਰੋਵਾਈਡ ਕੀਤਾ ਸਕੂਲ ਮੈਨੇਜਮੈਂਟ ਕਮੇਟੀ ਦਾ, ਸਕੂਲ ਮੈਨੇਜਮੈਂਟ ਕਮੇਟੀ ਦਾ ਹਾਂਜੀ ਕਿਹੜਾ ਸੈਕਸ਼ਨ ਹੈ? ਇਹ ਸੈਕਸ਼ਨ 21 ਹੈ ਜੀ, ਸੈਕਸ਼ਨ 21। ਇਹਦੇ ਵਿੱਚ ਦੱਸਿਆ ਗਿਆ ਕਿ 3/4 ਜਿਹੜੀ ਸਕੂਲ ਮੈਨੇਜਮੈਂਟ ਕਮੇਟੀ ਦੇ ਕਿਹੜੇ ਸਕੂਲ? ਸਾਰੇ ਸਕੂਲ ਨਹੀਂ ਜੀ, ਸਾਰੇ ਸਕੂਲ ਨਹੀਂ ਹੈ। ਇਹਦੇ 'ਚ ਜਿਹੜੇ ਗਵਰਨਮੈਂਟ ਸਕੂਲ ਹੈ, ਏਡਿਡ ਸਕੂਲ ਹੈ ਅਤੇ ਗਵਰਨਮੈਂਟ ਦੀ ਹੈਲਪ ਨਾਲ ਬਣਾਏ ਸਕੂਲ ਨੇ, ਅਤੇ ਅਨਏਡਿਡ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਆ ਐਡਵਾਈਜ਼ਰੀ ਕੌਂਸਲ ਕ੍ਰੀਏਟ ਕੀਤਾ ਜਾਊਗਾ, ਉਹ 'ਚ ਵੀ ਪੇਰੈਂਟਸ ਦੀ ਸ਼ਮੂਲੀਅਤ ਹੋਊਗੀ। ਨਹੀਂ, ਪੇਰੈਂਟਸ ਹੀ ਚੁਣਨਗੇ ਉਹਨੂੰ। ਹਾਂਜੀ, ਪੇਰੈਂਟਸ ਚੁਣਨਗੇ ਉਹਨਾਂ ਨੂੰ, ਤਾਂ ਡੈਮੋਕਰੇਟਿਕ ਮੈਨੇਜਮੈਂਟ 'ਚ ਕੋਈ ਰੋਲ ਨਹੀਂ ਹੈ, ਉਹ ਸਿਰਫ ਐਡਵਾਈਜ਼ ਕਰ ਸਕਦੇ, ਐਡਵਾਈਜ਼ ਕਰ ਸਕਦੇ ਆ ਕਿ ਕਿੱਦਾਂ ਜਿਹੜਾ ਕਰੀਕੁਲਮ ਸਕੂਲ ਦਾ ਬਣੂਗਾ। ਉਹਦੇ ਵਿੱਚ ਵੀ ਪਰਮਵੀਰ ਇੱਕ ਹੋਰ ਗੱਲ ਆ ਵੀ ਜਿਹੜੀ ਉਹ ਪੇਰੈਂਟਸ ਦੀ ਐਡਵਾਈਜ਼ਰੀ ਕਮੇਟੀ ਹੋਊਗੀ ਉਹ ਸਕੂਲ ਦੀ ਪੂਰੀ ਇਨਫੋਰਮੇਸ਼ਨ ਉਹਨਾਂ ਦੇ ਕੋਲੇ ਹੋਊਗੀ। ਡੈਫੀਨੇਟਲੀ ਸਕੂਲ ਲਿਖਾ ਨਹੀਂ ਸਕਦਾ। ਯੈਸ ਯੈਸ, ਉਹ ਬੜਾ ਓਪਨ ਸਿਸਟਮ ਇੱਕ ਬਣਾਇਆ ਗਿਆ ਜੀ। ਉਹਦੇ ਵਿੱਚ ਕੀ ਹੈ ਕਿ ਕਿਉਂਕਿ ਸਭ ਤੋਂ ਵੱਧ ਹਿੱਤ ਇਨਵੋਲਵ ਆ ਬੱਚਿਆਂ ਦਾ ਅਤੇ ਉਹਨਾਂ ਦੇ ਭਵਿੱਖ ਦਾ, ਤਾਂ ਪੇਰੈਂਟਸ ਜਿਹੜੇ ਉਹਨਾਂ ਦੇ ਹਿੱਤ ਦੇ ਰਾਖੇ ਨੇ ਸਭ ਤੋਂ ਵੱਡੇ, ਕਿਉਂਕਿ ਕੋਈ ਪੇਰੈਂਟਸ ਨਹੀਂ ਚਾਹੁੰਦੇ, ਪੈਸੇ ਵੀ ਉਹ ਦਿੰਦੇ ਆ, ਪੈਸੇ ਵੀ ਉਹ ਦਿੰਦੇ ਨੇ, ਤਾਂ ਉਹਦੇ ਵਿੱਚ ਜਿਹੜੇ ਪੇਰੈਂਟਸ ਹੈ ਜੀ, ਜਿਹੜੇ ਮਾਪੇ ਨੇ ਬੱਚਿਆਂ ਦੇ, ਉਹਨਾਂ ਦੇ ਕੋਲ ਸਾਰਾ ਸਕੂਲ ਦਾ ਕਰੀਕੁਲਮ, ਉਹਨਾਂ ਦਾ ਪ੍ਰਬੰਧ ਦਾ ਹਿਸਾਬ ਕਿਤਾਬ ਹੋਊਗਾ ਅਤੇ ਉਹਦੇ ਉੱਤੇ ਉਹ ਐਡਵਾਈਜ਼ ਕਰ ਸਕਦਾ ਕਿ ਕਿਸ ਤਰ੍ਹਾਂ ਇਹਦੇ ਨਾਲ ਸਕੂਲਾਂ ਦੀ ਗੱਲ ਹੈ। ਹਾਂਜੀ, ਅਨਏਡਿਡ ਸਕੂਲਾਂ ਦੀ ਗੱਲ, ਦੂਜੇ ਸਕੂਲ ਜਿਹੜੇ ਆ ਗਵਰਨਮੈਂਟ ਸਕੂਲ ਅਤੇ ਏਡਿਡ ਸਕੂਲ, ਉਹਦਾ ਮੈਂ ਜਿੰਨਾ ਕੁ ਮੈਨੂੰ ਸਮਝ ਆਈ ਹੈ ਕਾਨੂੰਨ ਦੀ, ਉਹਦੇ ਵਿੱਚ ਤਾਂ ਪੂਰਾ ਪ੍ਰਬੰਧ ਹੀ ਉਹ ਪੇਰੈਂਟਸ ਦੀ ਕਮੇਟੀ ਕੋਲ, ਉਹ ਸਕੂਲ ਮੈਨੇਜਮੈਂਟ ਕਮੇਟੀ ਦਾ ਮਾਲਕ ਆ, ਉਹ ਮਾਲਕ ਹੈ ਜੀ, ਉਹ ਪੇਰੈਂਟਸ ਹੀ ਇੱਕ ਤਰ੍ਹਾਂ ਉਹਦੇ ਮਾਲਕ ਹੋਣਗੇ, ਜਿਹੜੇ ਪ੍ਰਿੰਸੀਪਲ ਆ ਉਸ ਕਮੇਟੀ ਦੇ ਸੈਕਟਰੀ ਹੋਣਗੇ ਸਕੂਲ ਦੇ, ਨਹੀਂ ਉਹਦੇ ਵਿੱਚ ਟੀਚਰ ਵੀ ਹੈਗੇ। ਹਾਂਜੀ, ਏਡ ਐਂਡ ਐਡਵਾਈਸ ਜਿਹੜੀ ਪੇਰੈਂਟਸ ਦੀ ਆ ਉਹਦੇ ਉੱਤੇ ਹੀ ਉਹ ਕੰਮ ਕਰਨਗੇ, ਜਿਸ ਤਰ੍ਹਾਂ ਕਿ 3/4 ਜਿਹੜੇ ਮੈਂਬਰ ਉਹਦੀ ਕੀ ਕੰਪੋਜੀਸ਼ਨ ਕੀ ਹੈ? ਉਹਦੀ ਕੰਪੋਜੀਸ਼ਨ ਹੈ ਕਿ 50% ਜਿਹੜੇ ਵਿਮੈਨ ਉਹ 'ਚ ਮੈਂਬਰ ਹੋਣਗੇ। ਨਹੀਂ, ਟੋਟਲ ਆ ਕਿੰਨੇ ਕਿੰਨੇ ਮੈਂਬਰ ਹੋਣਗੇ?
ਉਹਦੇ 'ਚ ਜੀ ਕਿਉਂਕਿ ਸਕੂਲ ਦੀ ਸਟਰੈਂਥ ਦੇ ਹਿਸਾਬ ਨਾਲ ਮੁਕਰਰ ਹੋਣਗੇ ਤਾਂ ਉਹ ਇੱਕ ਸਟੈਂਡਰਡ ਫਾਰਮੈਟ ਨਹੀਂ ਉੱਤੇ ਚੱਲ ਸਕਦਾ, ਸਟੈਂਡਰਡ ਜਿਹੜਾ ਪੈਰਾਮੀਟਰ ਫਿਕਸ ਨਹੀਂ ਕਰ ਸਕਦਾ ਕਿਸੇ ਸਕੂਲ ਦੀ। ਜਿਹੜੀ ਜੇ ਸਕੂਲ ਸਪੋਜ ਕਰੋ ਵੀ 500 ਬੱਚਾ ਪੜਦਾ ਜੀ, ਉਹ 500 ਬੱਚੇ 500 ਪੇਰੈਂਟ ਜਿਹੜੇ ਆ 500 ਉਹ ਆਪਣੀ ਇੱਕ ਕਮੇਟੀ ਚੁਣਨ। ਯੈਸ ਯੈਸ, ਉਹ ਰਲ ਕੇ ਡਿਸਾਈਡ ਕਰਨਗੇ ਕਿ ਅਧੀਆਂ ਜਿਹੜੀਆਂ ਹੈਗੀਆਂ ਉਹ ਵਿਮਨ ਹੋਣੀਆਂ ਚਾਹੀਦੀਆਂ। ਹਾਂਜੀ, ਮੰਨ ਲਓ 11 ਮੈਂਬਰੀ ਹੋ ਗਈ, 21 ਮੈਂਬਰੀ ਕਮੇਟੀ ਹੋ ਗਈ ਤਾਂ 50% ਹੈ ਉਹਦੇ ਵਿੱਚ ਮੇਰੇ ਖਿਆਲ ਸਕੂਲ ਦੇ ਟੀਚਰ ਵੀ ਹੈ, ਟੀਚਰ ਵੀ ਹੋਣਗੇ ਜੀ, ਉਹਦਾ ਸੈਕਟਰੀ ਸਕੂਲ ਦਾ ਪ੍ਰਿੰਸੀਪਲ ਜਾਂ ਹੈਡਮਾਸਟਰ ਹੈ ਤੇ ਉਹ ਲੋਕਲ ਅਧਿਕਾਰੀ ਵੀ ਹੈ, ਲੋਕਲ ਅਧਿਕਾਰੀ ਵੀ ਨੇ ਜੀ, ਜਾਂ ਜਿਹੜੇ ਐਜੂਕੇਸ਼ਨਿਸਟ ਲੋਕ ਨੇ ਉਹਨਾਂ ਨੂੰ ਵੀ ਇਨਵੋਲਵ ਕਰ ਸਕਦੇ ਹੋ ਐਡਵਾਈਜ਼ਰੀ ਬੋਰਡ ਦੇ ਵਿੱਚ ਜਾਂ ਸਕੂਲ ਕਮੇਟੀ ਦੇ ਵਿੱਚ, ਜਿਹੜੇ ਲੋਕ ਐਜੂਕੇਸ਼ਨ ਦੇ ਲਈ ਕੰਮ ਕਰ ਰਹੇ ਨੇ ਉਹਨੂੰ ਪ੍ਰਫੁੱਲਿਤ ਕਰਨ ਦੇ ਲਈ। ਤਾਂ 50% ਉਹ 'ਚ ਜਿਹੜੇ ਵਿਮਨ ਹੋਣਗੇ ਜੀ, 3/4 ਜਿਹੜੇ ਘੱਟੋ ਘੱਟ 3/4 ਉਹ 'ਚ ਪੇਰੈਂਟਸ ਜਿਹੜੇ ਬੱਚਿਆਂ ਦੇ ਹੋਣਗੇ, ਉਸ ਤੋਂ ਇਲਾਵਾ ਕੁਛ ਟੀਚਰਸ ਜਾਂ ਕੁਛ ਮੈਨੇਜਮੈਂਟ ਦੇ ਲੋਕ। ਸਕੂਲ ਦੇ ਜਿੰਨੇ ਫੈਸਲੇ ਆ ਉਹ ਕਮੇਟੀ ਕਰੂਗੀ, ਅਵੇਅਰਨੈਸ ਦੀ ਗੱਲ ਹੈ, ਹੱਕ ਦੀ ਗੱਲ ਹੈ, ਕੋਈ ਸਕੂਲ ਤੋਂ ਚੇਪ ਖਾਣ ਦੀ ਗੱਲ ਨਹੀਂ। ਮੇਰਾ ਖਿਆਲ ਹੈ ਤਾਂ ਗਵਰਨਮੈਂਟ ਸਕੂਲ ਵਾਲਿਆਂ ਨੇ ਵੀ ਨਹੀਂ ਕੀਤਾ, ਨਹੀਂ ਕੀਤਾ ਜੀ ਕਿਸੇ ਨੇ। ਖੈਰ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਕੁਛ ਵੀ ਇਸ ਦੇ ਵਿੱਚੋਂ ਲਾਗੂ ਨਹੀਂ, ਕੋਈ 2-4 ਪੈਸੇ ਕਿਤੇ ਕਰਤਾ ਹੋਵੇ ਤਾਂ ਉਹਦਾ ਕੋਈ ਦਾਅਵਾ ਨਹੀਂ, ਪਰ ਨਲੈਕ ਸਿੱਧ ਹੋਈ ਹੈ ਸਾਡੀ ਸਰਕਾਰ ਇਸ ਐਡੇ ਰੈਵੋਲਿਊਸ਼ਨਰੀ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ। ਨਹੀਂ, ਇਹ ਮੈਂ ਕੁਛ ਦਿਨ ਪਹਿਲਾਂ ਹੀ ਖਬਰ ਆਈ ਹੈ, ਮੈਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ, ਕਿਉਂਕਿ ਚੰਡੀਗੜ੍ਹ ਦੇ ਵਿੱਚ ਉਹ ਪੂਰੇ ਸਕੂਲ ਜਿਹੜੇ ਆ ਉਹ ਕਿੰਨੀਆਂ ਗਰੀਬਾਂ ਦੀਆਂ ਸੀਟਾਂ ਹੈਗੀਆਂ ਜੀ, ਉਹਦੀ ਐਡਵਰਟਾਈਜ਼ਮੈਂਟ ਹੁੰਦੀ ਹੈ ਜੀ, ਲੋਕ ਜਿਹੜੇ ਆ ਅਪਲਾਈ ਕਰਦੇ ਆ ਜੀ। ਸੋ ਈਵਨ ਉੱਥੇ ਮੈਂ ਦਿੱਲੀ ਪਬਲਿਕ ਸਕੂਲ ਹੈ, ਸਟਕਾਰਾ, ਜਿੰਨੇ ਵੀ ਸਕੂਲ ਹੈਗੇ ਆ ਉਹਨਾਂ ਦੇ ਪਿੱਛੇ ਆਈ ਸੀ ਵੀ ਉਹਨਾਂ ਸਕੂਲਾਂ 'ਚ ਜਿੰਨੀਆਂ ਸੀਟਾਂ ਰਿਜ਼ਰਵ ਹੈ ਅਤੇ ਉਹ ਉਨੀਆਂ ਐਪਲੀਕੇਸ਼ਨਾਂ ਨਹੀਂ ਆਈ, ਲੋਕਾਂ ਨੂੰ ਅਵੇਅਰਨੈਸ ਨਹੀਂ ਹੈ। ਮੈਂ ਉਹਦੇ ਲਈ ਫਿਰ ਉਹਨਾਂ ਨੇ ਕਿਹਾ ਵੀ ਸੀ ਦੁਬਾਰਾ ਆਏ ਦਸੰਬਰ ਸ਼ੁਰੂ ਕੀਤਾ, ਫਰਵਰੀ ਤੱਕ ਉਹ ਪ੍ਰੋਸੈਸ ਰੁਕਿਆ ਸੀ, ਕੋਈ ਸੀਟਾਂ ਨਹੀਂ ਭਰ ਸਕਿਆ ਸੀ, ਤਾਂ ਹੁਣ ਉਹ ਜਿਹੜੀ ਹਾਇਰ ਅਥਾਰਟੀਜ਼ ਦੇ ਆਰਡਰ ਦੀ ਵੇਟ ਕਰ ਰਹੇ ਨੇ ਦੁਬਾਰਾ ਉਹਨਾਂ ਨੂੰ ਭਰਨ ਦੇ ਲਈ। ਕੁਛ ਜਿਵੇਂ ਤੁਸੀਂ DPS ਦੀ ਐਗਜ਼ਾਮਪਲ ਦਿੱਤੀ, ਉੱਥੇ ਸ਼ਾਇਦ 40 ਸੀਟਾਂ ਨੇ, ਕੇਂਦਰੀ ਵਿਦਿਆਲਿਆ ਉੱਥੇ ਸ਼ਾਇਦ 36 ਸੀਟਾਂ ਨੇ, ਤਾਂ ਇੱਦਾਂ ਅਲੱਗ ਅਲੱਗ ਸਕੂਲਾਂ ਦੇ ਵਿੱਚੋਂ ਸੀਟਾਂ ਨੇ ਜਿਹੜੀਆਂ ਉਹਨਾਂ ਨੇ ਭਰਨੀਆਂ ਨੇ, ਉਹ ਮੁਨਕਰ ਨਹੀਂ। ਪਰ ਪੰਜਾਬ ਵਿੱਚ ਤਾਂ ਇਹ ਜੀ ਕਦੇ ਸੁਣਿਆ ਹੀ ਨਹੀਂ, ਲੋਕਾਂ ਨੂੰ ਪਤਾ ਹੀ ਨਹੀਂ ਹੈ। ਨਹੀਂ, ਲੋਕਾਂ ਨੂੰ ਦਿੱਲੀ ਪਬਲਿਕ ਸਕੂਲ ਹੈ ਜਾਂ ਕੋਈ ਹੋਰ ਸਕੂਲ ਹੈ ਨਹੀਂ ਪਤਾ, ਜਾਂ ਕੋਈ ਸੇਕਰਡ ਹਾਰਟ ਸਕੂਲ ਹੈ ਨਹੀਂ, ਉਹਦੇ ਵਿੱਚ ਸਾਡੀਆਂ 25% ਸੀਟਾਂ ਡਾਕਟਰ ਸਾਹਿਬ ਜਿਹੜੀ ਮੁਫਤ ਫ੍ਰੀ ਪੜ੍ਹਾਈ ਦੀਆਂ ਰਾਖਵੀਆਂ ਹੈਗੀਆਂ, ਇਹ ਤਾਂ ਬਹੁਤ ਵੱਡੀ ਗੱਲ ਹੈ ਜਿਹੜੀ ਕਿ ਬੜੇ ਚਿਰ ਤੋਂ ਮਤਲਬ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਸਹੂਲਤ ਬੱਚਿਆਂ ਨੂੰ, ਉਹ ਨਹੀਂ ਮਿਲੀ। ਹੁਣ ਇਹਨਾਂ ਸਾਲਾਂ ਵਿੱਚ ਜਿਹੜੇ ਬੱਚੇ ਨਹੀਂ ਦਾਖਲ ਹੋ ਸਕੇ ਇਹਨਾਂ ਸਕੂਲਾਂ 'ਚ ਜੀ, ਉਹਨਾਂ ਦੀ ਥਾਂ 'ਤੇ ਹੋਰ ਦਾਖਲ ਕਰ ਲਏ, ਉਹਨਾਂ ਤੋਂ ਫੀਸਾਂ ਲੈ ਲਈਆਂ, ਬਿਲਕੁਲ ਇਹ ਇੱਕ ਬਹੁਤ ਵੱਡਾ ਇੱਕ ਘਪਲੇਬਾਜ਼ੀ ਕਹਿ ਲਓ ਤੁਸੀਂ, ਸਕੈਮ, ਬਹੁਤ ਵੱਡਾ ਸਕੈਮ। ਉਹ ਜਿਹੜੇ ਬੱਚੇ ਉੱਥੇ ਉਸੇ ਸਕੂਲ 'ਚ ਪੜ੍ਹੇ ਆ ਜੀ ਫੀਸ ਦੇ ਕੇ ਜੀ, ਅਦਰਵਾਈਜ਼ ਉਹਨਾਂ ਦੀ ਫੀਸ ਨਹੀਂ ਸੀ ਬਣਦੀ ਜੀ, ਕਿ ਉਹਨਾਂ ਦਾ ਵੀ ਕੋਈ ਹੱਕ ਬਣਦਾ? ਡਾਕਟਰ ਸਾਹਿਬ ਦੇਖੋ, ਸਟੇਟ 'ਚ ਲੈ ਸਕਦੇ ਆ ਕੋਈ ਇਸ ਤਰ੍ਹਾਂ ਦਾ ਕਲੇਮ? ਕੋਈ ਜੇ ਮੈਂ ਪੋਲੀਟੀਕਲ ਸਿਸਟਮ ਦੀ ਗੱਲ ਕਰਾਂ, ਇੰਡੀਅਨ ਪੋਲੀਟੀਕਲ ਸਿਸਟਮ ਦੀ, ਤਾਂ ਪਾਰਲੀਮੈਂਟ ਦੀ ਜ਼ਿੰਮੇਵਾਰੀ ਹੈ, ਵਿਧਾਨ ਸਭਾਵਾਂ ਦੀ ਜ਼ਿੰਮੇਵਾਰੀ ਹੈ ਕਾਨੂੰਨ ਬਣਾਉਣਾ, ਬਿਊਰੋਕ੍ਰੇਸੀ ਜਿਹਨੂੰ ਆਪਾਂ ਐਗਜ਼ੈਕਟਿਵ ਕਹਿੰਦੇ ਹਾਂ, ਉਹਨਾਂ ਦੀ ਜ਼ਿੰਮੇਵਾਰੀ ਹੈ ਕਾਨੂੰਨ ਨੂੰ ਲਾਗੂ ਕਰਾਉਣਾ, ਅਤੇ ਜੇ ਉਹ ਲਾਗੂ ਨਹੀਂ ਹੁੰਦਾ ਤਾਂ ਸਾਡੇ ਕੋਲ ਜੁਡੀਸ਼ਰੀ ਹੈ, ਸਾਡੇ ਕੋਲ ਕੋਰਟਾਂ ਨੇ ਕਿ ਜਿੱਥੇ ਜਾ ਕੇ ਅਸੀਂ ਆਪਣਾ ਹੱਕ ਲੈ ਸਕਦੇ ਹਾਂ। ਮੇਰਾ ਖਿਆਲ ਹੈ ਕਿ ਨਾ ਕੰਪਟਰੋਲਰ ਐਂਡ ਐਡੀਟਰ ਜਨਰਲ ਜਿਹੜੀ ਹੈ, ਕੈਗ ਨੇ ਇੱਕ ਰਿਪੋਰਟ ਦਿੱਤੀ ਸੀ ਜੀ, ਮੈਂ ਉਹ 'ਤੇ ਤੁਹਾਨੂੰ ਦੱਸ ਵੀ ਦਿੰਦਾ, ਕੈਗ ਨੇ ਇੱਕ 31/3/16 ਨੂੰ ਰਿਪੋਰਟ ਦਿੱਤੀ ਸੀ ਪੰਜਾਬ ਵਿਧਾਨ ਸਭਾ 'ਚ, ਤਾਂ ਉਹਨਾਂ ਨੇ ਸਪੈਸੀਫਿਕਲੀ ਪੰਜਾਬ ਬਾਰੇ ਕਿਹਾ ਕਿ ਪੰਜਾਬ ਨੇ ਇਹਨੂੰ ਲਾਗੂ ਹੀ ਨਹੀਂ ਕੀਤਾ, ਇਸ ਕਾਨੂੰਨ ਨੂੰ ਲਾਗੂ ਨਹੀਂ ਕੀਤਾ। ਕੈਗ ਦੀ ਰਿਪੋਰਟ 4 ਸਾਲ ਹੋ ਗਏ। ਹਾਂਜੀ, ਇਹ ਕੋਈ ਤੁਹਾਡੇ ਮੇਰੇ ਕਹਿਣ ਦੀ ਗੱਲ ਨਹੀਂ, ਜਾਂ ਜਿਹੜੇ ਲੋਕ ਇਸ ਨੂੰ ਪ੍ਰਫੁੱਲਤ ਕਰਨ ਲਈ ਕੰਮ ਕਰਦੇ ਉਹਨਾਂ ਦੇ ਕਹਿਣ ਦੀ ਗੱਲ ਨਹੀਂ, ਤਾਂ ਕੈਗ ਕਹਿ ਰਹੀ ਹੈ ਸਰਕਾਰ ਦੀ ਲੀਗਲ ਰੈਮਿਡੀ ਕੀ ਹੈ? ਦੇਖੋ, ਇਹ ਤਾਂ ਹੁਣ ਗੱਲ ਪੱਕੀ ਹੋ ਗਈ ਵੀ ਨਾ ਸਾਡੀ ਬਿਊਰੋਕ੍ਰੇਸੀ ਜੀ, ਨਾ ਸਾਡਾ ਪੋਲੀਟੀਕਲ ਜਿਹੜਾ ਸਿਸਟਮ ਹੈ, ਸਾਡੀ ਪੋਲੀਟੀਕਲ ਵਿਲ ਪਾਵਰ ਚਾਹੀਦੀ ਹੈ, ਉਹ ਨਹੀਂ ਹੈਗੀ। ਉਹ ਉਹਨਾਂ MLA ਆ, ਉਹ ਤਾਂ ਇਹਨੂੰ ਲਾਗੂ ਨਹੀਂ ਕਰਨਗੇ, ਨਹੀਂ ਕਰਨਗੇ, ਕਿਉਂਕਿ ਉਹਨਾਂ ਦੇ ਬਹੁਤ ਸਾਰਿਆਂ ਦੇ ਇਹਨਾਂ ਸਕੂਲਾਂ 'ਚ ਆਪਦੇ ਟਰੱਸਟ ਹੈਗੇ ਆ, ਬਿਲਕੁਲ ਜੀ, ਜਾਂ ਉਹ ਚੜਾਵੇ ਚੁੜਵੇ ਚੜ ਜਾਂਦੇ ਆ, ਬਿਲਕੁਲ। ਅਤੇ ਹੁਣ ਇਹਦਾ ਕੀ ਹੱਲ ਕੀ ਹੈ ਵੀ ਜਿਹੜੇ ਪੰਜਾਬ ਦੇ 25% ਬੱਚੇ ਆ ਜੀ, ਉਹ ਬੱਚੇ ਜਿਹੜੇ ਆ ਉਹ ਇੱਕ ਬਿਆਰੀ ਸਿੱਖਿਆ ਤੋਂ ਵਾਂਝੇ ਬੈਠੇ ਆ, ਉਹਨਾਂ ਨੂੰ ਲੁੱਟਿਆ ਜਾ ਰਿਹਾ, ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾ ਰਹੀ, ਉਹਦਾ ਕੀ ਹੱਲ ਕੀ ਹੋ ਸਕਦਾ, ਕਾਨੂੰਨੀ ਹੱਲ ਕੀ ਹੋ ਸਕਦਾ? ਦੇਖੋ ਡਾਕਟਰ ਸਾਹਿਬ, ਉਹਦੇ ਵਿੱਚ ਕਾਨੂੰਨੀ ਹੱਲ ਇਹ ਹੈ ਕਿ ਕੋਰਟ ਦਾ ਦਰਵਾਜ਼ਾ ਖੜਕਾ ਕੇ, ਜਿਨ੍ਹਾਂ ਨੂੰ ਹਜੇ ਤੱਕ ਇਹ ਪਿਛਲੇ ਆਪਾਂ 7 ਸਾਲ ਹੀ ਮੰਨ ਲੈਂਦੇ ਹਾਂ, ਕਿਉਂਕਿ 13 ਤੱਕ ਵੀ ਆਪਾਂ ਮੰਨ ਲਈਏ ਕਿ ਇਹਨਾਂ ਦੀ ਜ਼ਿੰਮੇਵਾਰੀ 'ਚ ਉਹ ਨਹੀਂ ਕਰਨ ਦੀ, ਇਹਨਾਂ ਨਹੀਂ ਕੀਤੀ, ਉਸ ਤੋਂ ਬਾਅਦ ਤਾਂ ਡੈਫੀਨੇਟਲੀ ਬਣਦਾ ਇੱਕ ਆਪਾਂ ਪੈਰਾਮੀਟਰ ਵੈਸਾ, 10 ਸਾਲ ਦਾ ਹੱਕ ਬਣਦਾ ਜਿਹੜੇ ਬੱਚਿਆਂ ਨੂੰ ਇਹਨਾਂ ਨੇ ਗਲਤ ਢੰਗ ਨਾਲ ਬਣਾਇਆ, ਜਿੱਦਣ ਤੋਂ ਕਾਨੂੰਨ ਲਾਗੂ ਉਦੋਂ ਤੋਂ ਬਣਦਾ,
ਜ਼ਿੰਮੇਵਾਰੀ ਉਹਨਾਂ ਦੀ ਪ੍ਰੋਵਾਈਡ ਕਰਨੀ ਤਾਂ ਉਹਨੂੰ ਕਲੇਮ ਕੀਤਾ ਜਾ ਸਕਦਾ। ਉਹ ਕੋਰਟ ਡਿਸਾਈਡ ਕਰੂਗੀ ਕਿ ਕਿੰਨਾ ਉਹਨਾਂ ਨੂੰ ਇਹਦਾ ਭੁਗਤਾਨ। ਪਰ ਇਹ ਕਰਾਉਂਦੇ ਆ ਕਈ ਵਾਰੀ ਲੜਾਈਆਂ ਬੜੀਆਂ ਲੰਮੀਆਂ ਆਉਂਦੀਆਂ ਜੀ, ਪਰ ਚਲੋ ਕਿਸੇ ਨਾਲ ਸ਼ੁਰੂ ਤਾਂ ਹੋਣਾ ਹੀ ਹੈ। ਬਿਲਕੁਲ ਜੀ। ਅਤੇ ਇੱਕ ਵਾਰੀ ਇਹ ਆਗਾਜ਼ ਜੇ ਹੋ ਜਾਵੇ ਤਾਂ ਇਹਨਾਂ ਨੂੰ ਵੀ ਕੰਨ ਹੋ ਜਾਣਗੇ, ਸਰਕਾਰ ਨੂੰ ਵੀ ਕੰਨ ਹੋ ਜਾਣਗੇ। ਬਿਲਕੁਲ ਜੀ। ਸੋ ਤੁਹਾਡੀ ਸੰਸਥਾ ਨੂੰ ਮੈਂ ਇਸ ਗੱਲੋਂ ਮੁਬਾਰਕਬਾਦ ਦਿੰਦਾ ਕਿ ਤੁਸੀਂ ਇਹ ਇੱਕ ਬਹੁਤ ਵੱਡਾ ਜਿਹੜਾ ਕੰਮ ਉਹਨਾਂ ਦੇ ਹੱਥ 'ਚ ਲਿਆ। ਪਰ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਨੀ ਹੈ ਜੀ, ਕਿਉਂਕਿ ਤੁਹਾਡੇ 'ਤੇ ਵੀ ਬਹੁਤ ਪ੍ਰੈਸ਼ਰ ਪੈਣੇ ਜੀ, ਤੁਹਾਡੇ ਸਾਥੀ ਜਿਹੜੇ ਆ ਉਹਨਾਂ ਨੇ ਵੀ ਕਹਿਣਾ ਵੀ ਯਾਰ ਤੂੰ ਇਹ ਕੀ ਕੰਮ ਕਰਨ ਲੱਗਿਆ, ਕਿਉਂਕਿ ਇਹਦੇ 'ਚ ਬਹੁਤ ਸਾਰੇ ਲੋਕਾਂ ਦੇ ਸਟੇਕ ਹੋਲਡਰ ਹੈ। ਬਿਲਕੁਲ ਜੀ। ਪਰ ਮੈਂ ਤੁਹਾਨੂੰ ਇਹੀ ਕਹਿਣਾ ਵੀ ਜਦੋਂ ਵੀ ਕੋਈ ਇਸਦਾ ਪ੍ਰੈਸ਼ਰ ਪਵੇ ਤਾਂ ਕਿਸੇ ਗਰੀਬ ਬੱਚਾ ਜਿਹੜਾ ਜੀ ਪੜ੍ਹਨਾ ਚਾਹੁੰਦਾ ਜੀ, ਉਹਦੇ ਕੋਲ ਆਮਦਨ ਨਹੀਂ ਹੈ, ਉਹਦੀ ਫੋਟੋ ਜਿਹੜੀ ਹੈ ਉਹਨੂੰ ਧਿਆਨ 'ਚ ਕਰ ਲਿਆ ਕਰੋ। ਅਸੀਂ ਜੇ ਅਸੀਂ ਕੋਈ ਸਮਝੌਤਾ ਕੀਤਾ ਤਾਂ ਇਹ ਬੱਚੇ ਨੂੰ ਜਿਹੜਾ ਇਹਦੇ 'ਚ ਬਹੁਤ ਗੁਣ ਸੀਗੇ ਇਹਨੇ ਬਣਨਾ ਸੀ, ਅਸੀਂ ਇਹਦੇ ਭਵਿੱਖ ਨਾਲ ਖੇਡ ਰਹੇ ਹਾਂ। ਅਲਟੀਮੇਟਲੀ ਅਸੀਂ ਪੰਜਾਬ ਦੇ ਭਵਿੱਖ ਨਾਲ ਖੇਡ ਰਹੇ। ਬਿਲਕੁਲ। ਸੋ ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ। ਥੈਂਕ ਯੂ ਡਾਕਟਰ ਸਰ। ਤੁਸੀਂ ਇਹ ਕੰਮ ਕਰੋ, ਟੀਵੀ ਸਕੂਲ ਦਾ ਹਰ ਵੇਲੇ ਤੁਹਾਨੂੰ ਸਾਥ ਰਹੇਗਾ। ਥੈਂਕ ਯੂ ਜੀ। ਕੋਈ ਵੀ ਗੱਲ ਤੁਸੀਂ ਕਰਨੀ ਹੈ ਅਸੀਂ ਤੁਹਾਡੇ ਨਾਲ ਹਾਂ। ਪਰ ਘਬਰਾਉਣਾ ਨਹੀਂ, ਡਰਨਾ ਨਹੀਂ, ਹੌਸਲਾ ਰੱਖਣਾ। ਆਪਾਂ ਪੰਜਾਬ ਨੂੰ ਮੁੜ ਪੈਰਾਂ 'ਤੇ ਖੜਾ ਕਰਨਾ, ਅਸੀਂ ਹਰ ਬੱਚੇ ਨੂੰ ਪੜ੍ਹਾਉਣਾ ਤਾਂ ਕਿ ਹਰ ਬੱਚਾ ਜਿਹੜਾ ਉਹ ਆਪਦੀ ਜ਼ਿੰਦਗੀ 'ਚ ਜਿਹੜੇ ਉਹਦੇ 'ਚ ਗੁਣ ਹੈਗੇ ਉਹਨੂੰ ਪ੍ਰਫੁੱਲਿਤ ਕਰ ਸਕੇ, ਸਮਾਜ ਵਿੱਚ ਵਧੀਆ ਸ਼ਹਿਰੀ ਬਣ ਸਕੇ, ਅਤੇ ਇੱਕ ਅਣਖ ਵਾਲੀ ਜ਼ਿੰਦਗੀ ਜਿਹੜੀ ਮਾਂ ਸਵੈਮਾਨ ਵਾਲੀ ਜ਼ਿੰਦਗੀ ਜਿਹੜੀ ਹੈ ਉਹ ਜਿਉਂ ਸਕੇ। ਸੋ ਇਹ ਜੇ ਤੁਸੀਂ ਕੰਮ ਕਰਨ ਲੱਗੇ ਤੁਹਾਡੇ ਨਾਲ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਡਾਕਟਰ।